ਚਲੋ ਵਧੀਆ ਕਰਿਆ ਭਾਅ ਜੀ ਤੁਸੀਂ ਆ ਗਏ, ਤੁਹਾਡੇ ਬਹਾਨੇ ਨਾਲ ਮੈਂ ਵੀ ਲਾ ਲੂੰਗਾ ਚੁਕੰਦਰ, ਮੈਂ ਕਰਦਾ ਕੋਈ ਇੰਤਜ਼ਾਮ। ਉਹ ਨਾ ਨਾ ਬਾਈ, ਪੈਗ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਮੈਨੂੰ ਕੋਈ ਜ਼ਰੂਰੀ ਕੰਮ ਆ, ਮੈਨੂੰ ਜਾਣਾ ਪੈਣਾ। ਨਹੀਂ ਵੀਰੇ, ਇਹਨਾਂ ਦਾ ਜਾਣਾ ਤਾਂ ਫਿਰ ਜ਼ਰੂਰੀ ਹੈ, ਇਹਨਾਂ ਨੇ ਨਾ ਸਕੂਲ ਦੇ ਵਿੱਚ ਮੇਰੀ ਪੋਸਟਿੰਗ ਬਾਰੇ ਗੱਲ ਕਰਨੀ। ਨਾ ਉਤੋਂ ਇੱਕ ਰਾਤ ਦਾ ਲਾ ਕੇ ਜਾਈ। ਚਲੋ ਤੁਸੀਂ ਰਹਿ ਜਾਂਦੇ ਅੱਜ ਭਾਅ ਜੀ। ਕੋਈ ਗੱਲ ਨਹੀਂ ਬਾਈ, ਹੁਣ ਤਾਂ ਆਉਣਾ ਜਾਣਾ ਲੱਗਿਆ ਹੀ ਰਹਿਣਾ, ਫਿਰ ਤਾਂ ਤੁਸੀਂ ਵੀ ਕਿਹਾ ਕਰੋਗੇ ਕਿ ਪ੍ਰਾਹੁਣਾ ਤੀਜੇ ਕੁ ਦਿਨ ਆ ਜਾਂਦਾ ਮੂੰਹ ਚੱਕ ਕੇ। ਨਾ ਪੁੱਤ, ਸੁਪਨਾ ਤੇਰਾ ਘਰ ਹੈ, ਜਦੋਂ ਮਰਜ਼ੀ ਆ। ਇਹ ਕੀ ਗੱਲ ਕੀਤੀ? ਚਲੋ ਠੀਕ ਆ ਮਾਤਾ ਜੀ, ਹੁਣ ਮੈਂ ਚੱਲਦਾ। ਤੁਸੀਂ ਰੋਟੀ ਖਾ ਕੇ ਵਗ ਜਿਓ। ਨਹੀਂ ਨਹੀਂ, ਰੋਟੀ ਤਾਂ ਮੈਂ ਆਪੇ ਖਾ ਲੂੰਗਾ, ਤੁਸੀਂ ਆਪਣਾ ਧਿਆਨ ਰੱਖਿਓ। ਖਰਚੇ ਖੁਰਚੇ ਵੀ ਘਟਾ ਲਾ ਸਾਰਾ, ਪਾਰਟੀਆਂ ਪੁਰਟੀਆਂ ਚੰਗੀਆਂ ਹੈਗੀਆਂ। ਹੁਣ ਤੇਰਾ ਵਿਆਹ ਹੋ ਗਿਆ, ਵਿਆਹ ਤੋਂ ਬਾਅਦ ਹੁੰਦੇ ਜਿੰਮੇਦਾਰੀ ਵੱਧ ਗਏ। ਠੀਕ ਆ ਬਾਈ, ਕੋਈ ਗੱਲ ਨੀ, ਮੈਂ ਕਰ ਦਾਂਗਾ। ਬਿਲਕੁਲ ਜੀ, ਠੀਕ ਆ ਬਾਈ, ਭਰ ਦੂੰਗਾ। ਲਵਪ੍ਰੀਤ ਪੁੱਤ, ਕੁੜੇ ਮੇਰੀ ਵੀ ਗੱਲ ਸੁਣ ਲੈ ਵੀਰ, ਦੋ ਦਿਨ ਹੋ ਗਏ ਆਈ ਨੂੰ, ਸਹੇਲੀਆਂ ਨਾਲ ਲੱਗੀ ਪਈ ਐ, ਭੋਂ ਦਾ ਨੀ ਖੈੜਾ ਛੱਡਦੀ ਇੱਕ ਤਾਂ ਤੂੰ। ਆ ਗਈ ਮੰਮੀ, ਆ ਗਈ, ਹੁਣ ਤਾਂ ਮੈਂ ਹਫ਼ਤਾ ਤੁਹਾਡੇ ਕੋਲ ਹੀ ਹਾਂ। ਕੁੜੇ ਪੁੱਤ, ਜਦੋਂ ਦੀ ਤੂੰ ਵਿਆਹ ਕੇ ਗਈ ਐ ਨਾ, ਬਸ ਜਣੀ ਘਰ ਦੀ ਰੌਣਕ ਤੂੰ ਨਾਲ ਹੀ ਰਹੀ। ਲੈ ਦੱਸ ਮੰਮੀ, ਆ ਹੁਣ ਵੀਰੇ ਦਾ ਵਿਆਹ ਕਰ ਦੋਗੇ, ਜਦੋਂ ਭਾਬੀ ਆ ਗਈ ਨਾ, ਦੁੱਗਣੀ ਰੌਣਕ ਆ ਜੂ। ਰੌਣਕ ਤਾਂ ਆ ਗਈ, ਤੇਰੀ ਗੱਲ ਠੀਕ ਹੈ ਪੁੱਤ, ਉਹ ਗੱਲ ਕਿੱਥੇ ਬਣਦੀ ਹੈ, ਬਗਾਨੀਆਂ ਧੀਆਂ ਨਹੀਂ ਧੀਆਂ ਬਣਦੀਆਂ। ਲੈ ਐਂ ਕਿਵੇਂ ਨੀ ਆਪਦੀਆਂ ਬਣੀਆਂ, ਜੇ ਤੁਸੀਂ ਅਗਲੀ ਨੂੰ ਧੀ ਬਣਾ ਕੇ ਰੱਖੋਗੇ, ਅਗਲੀ ਤਾਂ ਹੀ ਧੀ ਬਣ ਕੇ ਰਹੂਗੀ। ਜਿੰਨੀਆਂ ਮਰਜ਼ੀ ਬਣਾ ਲੈ ਪੁੱਤ, ਬਗਾਨੀਆਂ ਬਗਾਨੀਆਂ ਹੁੰਦੀਆਂ। ਮੈਂ ਤਾਂ ਤੈਨੂੰ ਐਂ ਪੁੱਛਦੀ ਹਾਂ, ਤੇਰਾ ਸਹੁਰਾ ਪਰਿਵਾਰ ਕਿਵੇਂ ਹੈ? ਸਹੁਰੇ ਤਾਂ ਮੇਰੇ ਬਹੁਤ ਵਧੀਆ ਰਹਿੰਦੇ ਨੇ ਮੇਰੇ ਨਾਲ। ਪਹਿਲਾਂ ਤਾਂ ਪੁੱਤ ਵਧੀਆ ਹੀ ਹੁੰਦੇ, ਅੱਜ ਹੀ ਪਤਾ ਲੱਗਦਾ। ਨਾਲੇ ਮੈਂ ਤੈਨੂੰ ਐਂ ਕਹਿੰਦੀ ਹਾਂ, ਦੇਖ ਤੇਰੇ ਮੈਂ ਕਦੇ ਕੰਮ ਨਹੀਂ ਕਰਾਇਆ, ਤੈਨੂੰ ਪੜ੍ਹਾਇਆ ਪੜ੍ਹਾ ਕੇ ਤਾਂ ਕਿਤੇ ਜਾ ਕੇ ਨੂੰ ਸਰਕਾਰੀ ਮਾਸਟਰ ਨਹੀਂ ਮਿਲੀ ਪੁੱਤ। ਓਨੀ ਤਨਖਾਹ ਤੇਰੀ ਆ, ਓਨੀ ਪਰਾਉਣੇ ਦੀ ਆ, ਤੁਹਾਡੇ ਕੋਲ ਤਾਂ ਇੰਨੇ ਨੋਟ ਆਉਂਦੇ ਨੇ, ਚੜੇ ਮਹੀਨੇ ਬੱਕਰੀ ਨਹੀਂ ਚੱਬਦੀ। ਉਹ ਕਰਦਾ ਖੇਤੀ ਵੱਡਾ ਤੁਹਾਡਾ, ਖੇਤੀ ਦਾ ਹੁਣ ਤੈਨੂੰ ਪਤਾ 6 ਮਹੀਨਿਆਂ 'ਚ ਫਸਲ ਆ ਗਈ ਤਾਂ ਆਪਦੀ ਹੈ, ਨਹੀਂ ਇਹ ਨਹੀਂ ਪਤਾ ਜੇ ਕੋਈ ਉਮਰੋਂ ਮਾਰ ਪਏ ਜੇ ਮੀਂਹ ਕਣੀ ਦੀ ਤਾਂ ਖੇਤ 'ਚ ਹੀ ਰੁਲ ਜਾਂਦੀ ਆ। ਮੰਮੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਇਹ ਚਾਹੁੰਦੀ ਹਾਂ ਪੁੱਤ, ਕੁਛ ਨਾ ਕੁਛ ਜੋੜ ਲਿਓ, ਖਰਚੀ ਨਾ ਖਰਚ ਕਰੀ ਜਾਇਓ। ਮੰਮੀ ਗੱਲ ਤਾਂ ਤੁਹਾਡੀ ਸਹੀ ਆ, ਉਹਨਾਂ ਨੇ ਤਾਂ ਫਸਲ ਦੀ ਕਮਾਈ 6 ਮਹੀਨੇ ਬਾਅਦ ਆਉਂਦੀ ਹੈ, ਤੇ ਸਾਡੀ ਦੋਹੇ ਜੀਆਂ ਦੀ ਤਨਖਾਹ 4 ਮਹੀਨੇ ਆ ਜਾਂਦੀ ਹੈ, ਇਸ ਹਿਸਾਬ ਨਾਲ ਤਾਂ ਅਸੀਂ ਰੁਪਈਆ ਵੀ ਨਹੀਂ ਜੋੜ ਸਕਦੇ। ਉਹੀ ਤਾਂ ਤੈਨੂੰ ਮੈਂ ਕਹਿੰਦੀ ਹਾਂ, ਨਾਲੇ ਦੇ ਦਾ ਨਾ ਕੂੜਾ ਕਰ ਲਈ, ਬਥੇਰੇ ਰੁਪਈਏ ਨੇ ਤੁਹਾਡੇ ਕੋਲ, ਨੌਕਰ ਰਾਣੀ ਰੱਖ ਲਾ, ਇਵੇਂ ਨਾ ਧੰਦਿਆਂ 'ਚ ਬੜੀ ਰਿਹਾ ਕਰ। ਲੈ ਦੱਸ, 4 ਤਾਂ ਸਾਡੇ ਕੰਮ ਨੇ, ਮੈਂ ਤਾਂ ਆਪੇ ਕਰ ਲਿਆ ਕਰੂੰਗੀ। ਉੱਥੇ ਤਾਂ ਤੂੰ ਕਰ ਲਿਆ ਕਰੇਗੀ, ਇੱਥੇ ਕਿ ਤੈਨੂੰ ਪਟਮੇਲੀ ਪੈਂਦੀ ਸੀ, ਪਾਣੀ ਦਾ ਗਲਾਸ ਨਹੀਂ ਕਦੇ ਚੱਕ ਕੇ ਪੀਤਾ, ਉਹਦੀ ਹਾਕ ਮਾਰ ਦਿੰਦੀ ਮੰਮੀ ਪਾਣੀ, ਉਹ ਵੀ ਮੰਜੇ ਤੇ। ਚੱਲ ਕੋਈ ਨਾ, ਵੇਖਦੇ ਹਾਂ ਮੰਮੀ। ਦੇਖਦੀ ਕੀ ਹੈ, ਅੱਡ ਹੋ ਜੀ ਜਾਂਦੀ ਹੋਈ, ਦੇਖੇਂਗੀ ਕੀ ਕੁਛ ਬਣ ਜੂਗਾ ਤੁਹਾਡਾ, ਨਹੀਂ ਤਾਂ ਘਰ 'ਚ ਹੀ ਚੱਲੀ ਜਾਣਗੇ ਸਾਰੇ ਰੁਪਈਏ। ਮਗਰੋਂ ਖੜੇ ਝਾਕੋਂਗੇ ਦੋਨੇ ਜੀ ਜਦੋਂ ਅੱਡ ਕਰਤੇ, ਨਾਲੇ ਗੱਲ ਹੋਰ ਸੋਣਾ, ਇਹ ਨਹੀਂ ਪਤਾ ਸਾਰੀ ਜ਼ਮੀਨ ਆਪਦੇ ਨਾਂ ਕਰਾ ਜੇ ਵੱਡਾ
ਹੁਸ਼ਿਆਰ ਬਹੁਤ ਆ ਨਾ, ਤੇਰੀ ਜਠਾਣੀ ਏਡੀ ਚਲਾਕ ਹੈ, ਮੈਂ ਤਾਂ ਦੇਖ ਲਈ ਸੀ ਉਹ ਤਾਂ ਮਿਲਣ ਨਹੀਂ ਵੇਲੇ ਕਿਵੇਂ ਗੱਲਾਂ ਕਰਦੀ ਸੀ ਉਹ, ਉੱਤੋਂ ਹੀ ਪੁੱਛਦੀ ਆ ਗੱਲ ਨੂੰ ਉਹ। ਹਾਂ ਮਾੜੀ ਚੁਸਤ ਬਣ ਕੇ ਰਿਹਾ ਘਰ, ਹੁਣ ਤਾਂ ਤੁਸੀਂ ਵੇਖਦੇ ਜਾਇਓ ਮੰਮੀ ਵੀ ਮੈਂ ਜਾ ਕੇ ਕੀ ਕੁਛ ਕਰਦੀ ਹਾਂ। ਕੀ ਹਾਲ ਆ ਬਾਈ? ਵਧੀਆ, ਵਿਆਹ ਕਰਵਾ ਕੇ ਯਾਰ ਗਾਇਬ ਹੀ ਹੋ ਗਿਆ ਤੂੰ। ਉਹ ਨਾ ਨਾ ਬਾਈ, ਤੁਹਾਨੂੰ ਪਤਾ ਤਾਂ ਹੈ ਯਾਰ, ਬਸ ਘਰ ਦੀਆਂ ਕਬੀਲਦਾਰੀਆਂ ਜੁੜਦੇ ਰਹਿਣਾ। ਉਹ 15 ਦਿਨ ਹੋਏ ਨੇ ਤੇਰੇ ਵਿਆਹ ਨੂੰ, ਹੁਣੀ ਉਲਝਣ ਲੱਗ ਗਿਆ ਤੂੰ? ਉਹ ਬਸ ਤੁਹਾਨੂੰ ਪਤਾ ਹੀ ਆ ਬਾਈ, ਮਾਸਟਰਾਂ ਤੇਰੀ ਤਾਂ ਲਾਟਰੀ ਲੱਗ ਗਈ ਯਾਰ। ਇੱਕ ਤਾਂ ਭਾਬੀ ਵਾਲੀ ਸੋਹਣੀ ਆ, ਉੱਪਰੋਂ ਸਰਕਾਰੀ ਜੌਬ ਤੇ ਤੇਰੇ ਵਾਂਗੂ, ਹੁਣ ਤਾਂ ਦੋ ਦੋ ਤਨਖਾਹਾਂ ਆਉਂਦੀਆਂ ਨੇ, ਪੈਸਾ ਹੀ ਪੈਸਾ। ਉਹ ਨਾ ਨਾ ਬਾਈ, ਕਿਹੜਾ ਪੈਸਾ ਯਾਰ, ਤੁਹਾਨੂੰ ਪਤਾ ਤਾਂ ਹੈ ਬਾਪੂ ਦੇ ਜਾਣ ਤੋਂ ਬਾਅਦ ਸਾਰੀ ਕਬੀਲਦਾਰੀ ਬਾਈ ਦੇ ਹੱਥ 'ਚ ਆ। ਉਹ ਮਾਸਟਰਾ ਤੂੰ ਤਾਂ ਹੱਦ ਕਰਦਾ ਯਾਰ, ਤੇਰੀ ਸਰਕਾਰੀ ਜੌਬ, ਤੇਰਾ ਆਪਦਾ ਪੈਸਾ, ਤੂੰ ਜਿੱਥੇ ਮਰਜ਼ੀ ਖਰਚੇ। ਨਾਲੇ ਬਾਈ ਮੇਰੀ ਗੱਲ ਸੁਣ, ਤੂੰ ਆਪਣੇ ਭਰਾ ਦੇ ਥੱਲੇ ਲੱਗ ਕੇ ਕਿੰਨਾ ਕੁ ਟਾਈਮ ਰਹੇਗਾ? ਤੂੰ ਸਾਡੇ ਕ ਨਹੀਂ ਦੇਖ, ਅਸੀਂ ਆਪਦੀ ਜ਼ਿੰਦਗੀ 'ਚ ਨਜ਼ਾਰੇ ਲੈਂਦੇ ਹਾਂਗੇ, ਨਾਲੇ ਕੋਈ ਟੈਨਸ਼ਨ ਨਹੀਂ। ਸਹੀ ਗੱਲ ਆ ਬਾਈ ਤੁਹਾਡੀ। ਬਾਈ ਨਾਲੇ ਹੁਣ ਤੂੰ ਵਿਆਹ ਆ ਗਿਆ, ਜਵਾਕ ਥੋੜ੍ਹੀ ਆ, ਕਿੰਨਾ ਕੁ ਟਾਈਮ ਘੁੱਟ ਕੇ ਜੀਵੇਂਗਾ? ਆਜ਼ਾਦੀ ਮੰਗ ਆਜ਼ਾਦੀ। ਉਹ ਚੱਲ ਛੱਡ, ਤੂੰ ਹੋਰ ਦੱਸ ਭਰਜਾਈ ਦਾ ਸੁਭਾਅ ਕਿਵੇਂ? ਉਹ ਤਾਂ ਯਾਰ ਬੇਚਾਰੀ ਬਾਹਲੀ ਚੰਗੀ ਆ। ਮਾਸਟਰਾ ਤੇਰੇ ਨਾਲ ਅਸੀਂ ਨਾਰਾਜ਼ ਆ ਯਾਰ। ਕਿਉਂ ਬਾਈ ਅਮਰ, ਕਿਹੜੀ ਗੱਲ ਹੋ ਗਈ ਯਾਰ? ਇੱਕ ਪਾਰਟੀ ਬਣਦੀ ਆ ਬਾਈ ਤੇਰੇ ਕਹਿੰਦੇ ਚੰਗੀ ਜੀ। ਉਹ ਲੈ, ਇਹ 'ਚ ਕਿਹੜੀ ਗੱਲ ਆ ਯਾਰ, ਹੁਣ ਦੱਸੋ ਤੁਹਾਡੇ ਵਾਸਤੇ ਮੈਂ ਕੀ ਕਰ ਸਕਦਾ? ਤੂੰ ਐਂ ਕਰ ਯਾਰ, ਸਾਨੂੰ ਸਮਾਣੇ ਲੈ ਕੇ ਚੱਲ, ਇੱਕ ਵਧੀਆ ਜੀ ਪਾਰਟੀ ਕਰਕੇ ਲਿਆ। ਉਹ ਬਸ ਇੰਨੀ ਕੁ ਗੱਲ ਆ ਯਾਰ, ਪਾਰਟੀ ਵਾਲੀ ਕਿਹੜੀ ਗੱਲ ਕਰਤੀ? ਆ ਜਾਓ ਬੈਠੋ ਨਾਲ ਮੇਰੇ, ਖੁੱਲ੍ਹ ਕੇ ਖਾ ਲਿਓ ਜੋ ਖਾਣਾ ਹੋਇਆ, ਸਮਾਣੇ ਹੀ ਚੱਲਦੇ ਹਾਂ, ਡੇੜ ਲਿਓ ਜਿਹੜਾ ਮੁਰਗਾ ਡੇੜਨਾ ਹੋਇਆ ਤੁਸੀਂ। ਨਾਲੇ ਬਹਾਨੇ ਨਾਲ ਗੇੜਾ ਮਾਰ ਜਾਣਗੇ, ਨਾਲੇ ਛੱਡ ਜਾਣਗੇ, ਤੇ ਫਿਰ ਤੂੰ ਪਤਾ ਕਰ ਲਿਆ ਸੀ ਤੁਰ ਪਏ ਕਿ ਨਾ? ਜਦੋਂ ਮੇਰੀ ਫੋਨ ਤੇ ਗੱਲ ਹੋਈ ਸੀ ਉਦੋਂ ਤੁਰ ਪਏ ਸੀਗੇ, ਪਰ ਬਾਕੀ ਮੈਂ ਹੁਣ ਵੀ ਪੁੱਛ ਲੈਣਾ ਕਰਕੇ ਹੈ ਨਾ, ਨੇੜੇ ਹੀ ਹੋਣੇ ਹੁੰਦਾ। ਹੁਣ ਕੁੜੀ ਖੜਾ ਹੀ ਰੱਖੇਗਾ, ਅੰਦਰ ਵੀ ਲੈ ਕੇ ਜਾਣਗੇ ਇਹਨਾਂ ਨੂੰ? ਨਾ ਨਾ ਮਾਤਾ, ਇਹਨੂੰ ਇੱਥੇ ਬਿਠਾਉਂਦੇ ਆਪਾਂ। ਵੱਡੀ ਨਾਲ ਫਿਰ ਤੈਨੂੰ ਪਤਾ ਕੰਮ ਧੰਦਾ ਜਾ ਕਰਾਉਣਾ ਪੈਂਦਾ ਹਨਾ, ਘਰ ਦੇ ਸੁੱਖਣਾ ਕੰਮ ਵੱਧ ਹੋ ਜਾਂਦੇ ਨੇ, ਤਾਂ ਨੀ ਆਇਆ ਗਿਆ ਮੇਰੇ ਕੋਲ। ਇਹ ਵੀ ਤੇਰੀ ਗੱਲ ਠੀਕ ਹੈ ਭੈਣ, ਮੈਂ ਤਾਂ ਸੋਚਿਆ ਤੁਹਾਨੂੰ ਵੀ ਚਾਹੀਦਾ ਹੋਣਾ ਡੋਲੂ ਫੜਾ ਕੇ ਆਵਾਂ ਪਹਿਲਾਂ। ਬਹੂਆਂ ਨੀ ਦਿਖਦੀਆਂ ਭੈਣੇ, ਜਵਾਕ ਅੱਜ ਕੱਲ੍ਹ ਸਾਰੇ ਦਿਨ ਰੱਖੇ ਨੇਗੇ। ਹਾਂ ਹਾਂ, ਤੇਰੀ ਗੱਲ ਇਹ ਵੀ ਠੀਕ ਹੈ, ਚੱਲ ਜਿਉਂਦੇ ਵੱਸਦੇ ਰਹਿਣ, ਖੁਸ਼ ਰਹਿਣ ਜਵਾਕ। ਲਿਆਉਣੀ ਹੈ ਜੀ।
ਆ ਬਾਈ ਹੋਰ ਸਬਜ਼ੀ ਲੈ ਕੇ ਆਈ। ਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉਤਮ ਨੀਚ ਹੁਕਮ ਲਿਖ। ਹੋਰ ਸੁਣਾ ਭੈਣੇ ਰਾਣੀ, ਘਰ ਸੁੱਖ ਸਾਂਦ ਆ, ਠੀਕ ਠਾਕ ਸਭ ਪਰਿਵਾਰ? ਹਾਂ ਭੈਣੇ ਵਧੀਆ ਠੀਕ ਠਾਕ ਆ, ਤੂੰ ਸੁਣਾ ਤੇਰਾ ਕੀ ਹਾਲ? ਨਹੀਂ ਬਸ ਭੈਣੇ ਵਧੀਆ, ਜਿਹੜਾ ਟਾਈਮ ਲੰਘੀ ਜਾਂਦਾ ਇਸ ਉਮਰ, ਸ਼ੁਕਰ ਆ ਵਾਹਿਗੁਰੂ ਦਾ। ਚੱਲ ਵਧੀਆ ਭੈਣੇ, ਟਾਈਮ ਹੀ ਕੱਢਣਾ, ਦੋ ਰੋਟੀਆਂ ਖਾਣੀਆਂ ਨੇ, ਹੋਰ ਕੀ ਕਰਨਾ ਆਪਾਂ ਨੇ? ਆਪਾਂ ਗੱਲ ਠੀਕ ਹੈ ਭੈਣੇ, ਸੁੱਖ ਨਾਲ ਹੁਣ ਤੇਰੇ ਵੀ ਦੋ ਦੋ ਨੂੰਹਾਂ ਆ ਗਈਆਂ, ਤੇਰਾ ਖਿਆਲ ਵੀ ਰੱਖਦੀਆਂ ਨੇ, ਕਰਦੀਆਂ ਨੇ ਤੇਰੀ ਸੇਵਾ। ਹਾਂ ਭੈਣੇ ਮੇਰੀਆਂ ਨੂੰਹਾਂ ਸੁੱਖ ਨਾਲ ਬਹੁਤ ਸਿਆਣੀਆਂ ਨੇ, ਬੜਾ ਖਿਆਲ ਰੱਖਦੀਆਂ ਨੇ ਮੇਰਾ। ਤੂੰ ਸੁਣਾ ਤੇਰੀਆਂ ਨੂੰਹਾਂ ਦਾ ਹਾਲ? ਨਹੀਂ ਭੈਣੇ ਮੈਂ ਕੀ ਦੱਸਾਂ, ਆ ਜਦੋਂ ਦੀ ਤਾਂ ਬੜੀ ਨੂੰਹ ਸੀ ਇਕੱਲੀ, ਯਾਰ ਤਾਂ ਵਧੀਆ ਲੰਘੀ ਗਿਆ ਟਾਈਮ। ਜਿੱਦਿਆਂ ਦੀ ਭੈਣੇ ਆ ਛੋਟੀ ਆਈ ਆ ਵਿਆਹ ਕੇ, ਦੇਖ ਲੈ ਲੜੋ ਲੜਾਈਆਂ, ਇੱਕ ਦੂਜੀ ਨੂੰ ਭੈਣੇ ਦੇਖ ਕੇ ਨਹੀਂ ਜਰਦੀਆਂ। ਕਿਉਂ ਇਹੋ ਜਿਹਾ ਕੀ ਹੋ ਗਿਆ? ਭੈਣੇ ਪਹਿਲਾਂ ਤਾਂ ਵੱਡੀ ਨੂੰਹ ਸੀ ਇਕੱਲੀ ਸੀ, ਨਾਲੇ ਉਹ ਘੱਟ ਪੜ੍ਹੀ ਵੀ ਸੀਗੀ, ਆ ਛੋਟੀ ਜ਼ਿਆਦਾ ਪੜ੍ਹੀ ਲਿਖੀ ਹੈ। ਇਹ ਤਾਂ ਭੈਣੇ ਆਪਣੇ ਹਿਸਾਬ ਨਾਲ ਚੱਲਦੀ ਹੈ, ਕਿਸੇ ਦੀ ਸੁਣਦੀ ਉਹ ਨਹੀਂ ਹੈਗੀ, ਆਪਸ ਵਿੱਚ ਦੇਖ ਲੈ ਇੱਕ ਦੂਜੀ ਨੂੰ ਦੇਖ ਕੇ ਨਹੀਂ ਜਰਦੀਆਂ। ਭੈਣੇ ਸਾਰਾ ਦਿਨ ਲੜਾਈ ਕਰਦੀਆਂ ਨੇ, ਮੇਰਾ ਤਾਂ ਬਹੁਤ ਮਨ ਦੁਖੀ ਹੈ, ਪਤਾ ਨਹੀਂ ਕੀ ਬਣੂ ਕੀ ਨਾ ਮੇਰੇ ਘਰ ਦਾ। ਨਹੀਂ ਭੈਣੇ ਤੂੰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰ, ਫਿਕਰ ਨਾ ਕਰ। ਨਹੀਂ ਭੈਣੇ ਮੈਂ ਤਾਂ ਬਥੇਰਾ ਸਮਝਾਉਣੀ ਹੈ, ਮੇਰੀ ਕਿੱਥੇ ਸੁਣਦੀਆਂ ਨੇ, ਮੈਨੂੰ ਤਾਂ ਬੁੜੀ ਬੁੜੀ ਕਹਿ ਕੇ ਬੁਲਾਉਂਦੀਆਂ ਨੇ, ਬੁੜੀ ਤੋਂ ਬਿਨਾਂ ਨਹੀਂ ਬੋਲਦੀਆਂ ਭੈਣੇ ਦੋ ਜਣੀਆਂ, ਮੇਰੀ ਤਾਂ ਬਹੁਤ ਜੀਨ ਖਰਾਬ ਹੈ। ਅੱਛਾ ਚੱਲ ਕੋਈ ਨਾ ਭੈਣੇ, ਫਿਕਰ ਨਾ ਕਰ, ਵਾਹਿਗੁਰੂ ਭਲੀ ਕਰੂਗਾ। ਭੈਣੇ ਮੈਂ ਤਾਂ ਕਿਸੇ ਨੂੰ ਦੱਸ ਨਹੀਂ ਸਕਦੀ, ਮੈਂ ਤਾਂ ਬਹੁਤ ਦੁਖੀ ਹੋਈ ਪਈ ਹਾਂ, ਤੇਰੇ ਨਾਲ ਦੀਆਂ ਚਾਰ ਗੱਲਾਂ ਕਰ ਲਈਆਂ। ਚੱਲ ਚੰਗਾ ਭੈਣੇ ਜਾਂਦੀ ਹਾਂ ਮੈਂ। ਚੰਗਾ ਆਪਦਾ ਖਿਆਲ ਰੱਖੀ ਭੈਣੇ। ਤੁਸੀਂ ਸਿਰਫ ਘਰ ਦਾ ਕੰਮ ਕਰਦੇ ਹੋ, ਮੈਂ ਡਿਊਟੀ ਤੇ ਵੀ ਜਾਂਦੀ ਹਾਂ, ਘਰ ਦਾ ਕੰਮ ਵੀ ਕਰਦੀ ਹਾਂ। ਤੇਰਾ ਕੀ ਮਤਲਬ ਆ, ਮੈਂ ਕੋਈ ਕੰਮ ਨੀ ਕਰਦੀ, ਵਿਹਲੇ ਰਹਿੰਦੇ ਹਾਂ? ਹਾਏ ਮੈਂ ਮਰ ਜਾਂ। ਮੈਂ ਇਹ ਨੀ ਕਹਿੰਦੀ ਤੁਸੀਂ ਵਿਹਲੇ ਰਹਿੰਦੇ ਹੋ, ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਮੇਰੇ ਨਾਲ ਲੱਗ ਕੇ ਕੱਪੜੇ ਧਵਾ ਦੋ। ਸਾਰੇ ਘਰ ਦੇ ਕੰਮ ਮੈਨੂੰ ਬੰਨ ਕੇ ਦਿੱਤੇ ਹੋਏ, ਅੱਧ ਦੀ ਮਾਲਕਣ ਆ, ਅੱਧਾ ਕੰਮ ਵੰਡ ਕੇ ਕਰਿਆ ਕਰ। ਨਾਲੇ ਜੇ ਦਾ ਨਾ ਪੂਰਾ ਕਰ ਲਈ, ਬਥੇਰੇ ਰੁਪਈਏ ਨੇ ਤੁਹਾਡੇ ਕੋਲ, ਨੌਕਰ ਰਾਣੀ ਰੱਖ ਲਾ, ਐਵੇਂ ਨਾ ਧੰਦਿਆਂ ਚ ਬੜੀ ਰਿਹਾ ਕਰ। ਕੀ ਹੋਇਆ ਕਿਉਂ ਰੌਲਾ ਪਾਇਆ ਗਾ? ਆ ਦੇਖ ਲੋ ਮੰਮੀ, ਇੰਨੇ ਕੱਪੜੇ ਸੁੱਟ ਕੇ ਕਹਿੰਦੀ ਤੂੰ ਕੱਪੜੇ ਧੋ ਦੇ। ਚੱਲ ਕੋਈ ਨਾ ਪੁੱਤ, ਮੈਂ ਲੱਗਦੀ ਹਾਂ ਤੇਰੇ, ਆਪਾਂ ਧੋ ਲੈਂਦੇ। ਕਹਿ ਕਿਵੇਂ ਲੱਗਦੀ ਹੈ ਮੰਮੀ, ਜੇ ਇਹਦਾ ਸਰਦਾ ਹੈ ਮੇਰਾ ਕਿਹੜਾ ਗੱਡਾ ਖੜਿਆ, ਧੋਂਦੀ ਮੈਂ ਵੀ ਨੀ ਆ ਪਏ ਨੇ। ਆ ਦੇਖ ਲੈ ਬੇਬੇ ਕਿਵੇਂ ਚਬਰ ਚਬਰ ਬੋਲਦੀ ਹੈ। ਚੱਲ ਕੋਈ ਨਾ ਪੁੱਤ, ਤੂੰ ਸਿਆਣੀ ਹੈ, ਫਿਰ ਕੀ ਹੁੰਦਾ, ਆਪਾਂ ਧੋ ਲੈਂਦੇ ਹਾਂ, ਐਂ ਨੀ ਕਰਿਆ ਕਰਦੇ। ਹਾਂ ਜਿਹੜਾ ਕੁਛ ਇਹ ਕਰਦੀ ਉਹ ਤਾਂ ਸਹੀ ਹੈ ਹਨਾ। ਨਾ ਮੈਂ ਕੀ ਕਰਤਾ ਨੇ, ਮੈਂ ਤਾਂ ਨਵੀਂ ਨਵੇਲੀ ਕਰਕੇ ਚੁੱਪ ਕਰ ਜਾਂਦੀ ਹਾਂ, ਤੂੰ ਤਾਂ ਮੇਰਾ ਸਿਰ ਚਗਲੀਆਂ ਕਰਨ ਲੱਗ ਗਈ। ਨਹੀਂ ਨਵੀਂ ਨਵੇਲੀ ਕਰਕੇ ਤਾਂ ਮੈਂ ਨੀ ਬੋਲਦੀ, ਚੁੱਪਾ ਮੈਂ, ਤੁਸੀਂ ਤਾਂ ਮੈਨੂੰ ਨੌਕਰਾਣੀ ਬਣਾ ਛੱਡਿਆ। ਜੇ ਇੰਨੇ ਹੀ ਨਾ ਵੰਡ ਕੇ ਕੰਮ ਕਰ ਲਿਆ ਕਰ, ਆ ਸਾਡੇ ਕੱਪੜੇ ਅੱਡ ਕੱਢ ਦੇ, ਮੈਂ ਤਾਂ ਆਪਦੇ ਆਪ ਹੀ ਧੋ ਲੂ। ਧੋ ਲੈ ਮੈਂ ਕਿਹੜਾ ਧੋਣ ਲੱਗੀ ਤੇਰੇ ਕੱਪੜੇ। ਤੁਸੀਂ ਕਿਉਂ ਰੌਲਾ ਪਾਇਆ, ਮੈਂ ਧੋ ਦਿੰਦੀ ਹਾਂ ਭਾਗ। ਜਦੋਂ ਦੀ ਤਾਂ ਬੜੀ ਨੂੰਹ ਸੀ ਇਕੱਲੀ, ਯਾਰ ਤਾਂ ਵਧੀਆ ਲੰਘੀ ਗਿਆ ਟਾਈਮ। ਜਿੱਦਿਆਂ ਦੀ ਭੈਣੇ ਆ ਛੋਟੀ ਆਈ ਆ ਵਿਆਹ ਕੇ, ਦੇਖ ਲੈ ਲੜੋ ਲੜਾਈਆਂ, ਇੱਕ ਦੂਜੀ ਨੂੰ ਭੈਣੇ ਦੇਖ ਕੇ ਨਹੀਂ ਜਰਦੀਆਂ। ਉਹ ਤੂੰ ਅੰਨਾ ਹੋਏਗਾ ਓਏ, ਸਾਰੀ ਦਿਹਾੜੀ ਗੇਮ ਖੇਡੀ ਨਾ, ਛੱਡ ਨਾ। ਰੋਟੀ ਲਿਆ ਦੋ, ਕਿੰਨਾ ਦੁਪਹਿਰ ਚੜ ਗਿਆ ਸੁੱਤੋ, ਰੋਟੀ ਦਿਖਦੀ। ਰੋਟੀ ਤਾਂ ਬਣੀ ਪਈ ਹੈ ਜੀ, ਬਸ ਮੈਂ ਹੁਣੇ ਲੈ ਕੇ ਆਈ। ਫਿਰ ਤੈਨੂੰ ਦਿਖਦਾ ਨੀ।
ਅੰਨਾ ਹੋਏਗਾ ਤੂੰ, ਹੋਰ ਤਾਂ ਕੋਈ ਤੈਨੂੰ ਰੋਕਦਾ ਨੀ। ਪੁੱਤ ਕੀ ਹੋ ਗਿਆ ਤੈਨੂੰ, ਇੰਨੇ ਗੁੱਸੇ ਚ ਕਾਹਤੋਂ ਬੋਲ ਰਿਹਾ ਤੂੰ? ਉਹ ਮਾਤਾ ਮੈਨੂੰ ਨਾ ਛੇੜ, ਤੂੰ ਚੁੱਪ ਕਰਕੇ ਬੈਠੀ ਰਹਿ। ਠੰਡੀਆਂ ਰੋਟੀਆਂ ਮਰ ਲੋ ਇਹ ਖੇਤ ਸਾਰੀ ਦਿਹਾੜੀ। ਲੈ ਸਬਜ਼ੀ ਆ ਕੋਈ ਖਾ ਕੇ ਦੇਖੀ, ਹੋ ਕੀ ਗਿਆ ਤੈਨੂੰ? ਖਾਈ ਇਹ ਝੱਗ ਲਾਰ ਕੇ ਮਨ ਪੱਕਾ ਲੂਣ। ਸਬਜ਼ੀ ਤਾਂ ਛੋਟੀ ਬਣਾਉਂਦੀ ਆ ਰੋਜ਼, ਫਿਰ ਉਹਨੂੰ ਇੰਨੀ ਅਕਲ ਨਹੀਂ ਜੀ ਕਿਵੇਂ ਬਣਾਉਣੀ ਆ। ਮੈਨੂੰ ਲੱਗਦਾ ਨੈੱਟ ਤੋਂ ਦੇਖ ਕੇ ਬਣਾਈ ਬਣੂਈ ਜਾਂਦੀ ਆ ਤਾਂ। ਉਹ ਤੂੰ ਪਾਣੀ ਲਿਆ ਦੇ ਖੜੀਆਂ ਲਿਆਉਣੀ ਆ ਜੀ, ਐਂ ਨਹੀਂ ਬੋਲਿਆ ਕਰਦੇ, ਫਿਰ ਵੀ ਛੋਟੀ ਹੈ ਤੇ ਤੂੰ। ਉਹ ਮਾਤਾ ਫਿਰ ਉਹਨੂੰ ਵੀ ਸਮਝ ਸਹੀ ਆ ਸਬਜ਼ੀ ਕਿਵੇਂ ਬਣਾਉਣੀ ਆ। ਉਹ ਇਹਨੂੰ ਮੈਂ ਚੱਕ ਕੇ ਭਗਾ ਕੇ ਮਾਰੂ ਥਾਲੀ ਜੀ, ਤੇ ਇੱਥੋਂ ਲੈ ਜਾ ਆਪਣਾ। ਆ ਲਓ ਜੀ ਪਾਣੀ ਖਵਾ ਤੇ ਪੁੜੇ ਤੁਸੀਂ। ਉਹ ਕੀ ਗੱਲ ਹੋ ਗਈ ਬਾਈ, ਕਿਉਂ ਸੁੱਤਾ ਹੋਇਆ ਫਿਰਦਾ? ਸੁੱਤਾ ਹੋਵਾਂ ਨਾ, ਆ ਜਿਹੜੀ ਮੈਡਮ ਨੂੰ ਵਿਆਹ ਕੇ ਲਿਆ ਨਾ, ਇਹਨੂੰ ਬਣਾਉਣਾ ਵੀ ਸਮਝਾ ਦੇ ਕੁਝ। ਮਨ ਪੱਕਾ ਲੂਣ ਅੱਗ ਲਾ ਕੇ ਸਬਜ਼ੀ ਚ। ਸਬਕ ਸਿਖਾਉਂਗੀ ਨਾ, ਯਾਦ ਹੀ ਰੱਖੂਗੀ ਬੱਡੀ ਮਹਾਰਾਣੀ। ਮੇਰੀ ਸਬਜ਼ੀ ਤਾਂ ਕਦੇ ਇਹਨਾਂ ਨੇ ਤਾਰੀਫ ਨਹੀਂ ਕੀਤੀ, ਇਹਦੀ ਬਣਾਈ ਹੋਈ ਸਬਜ਼ੀ ਉਹਨਾਂ ਨੂੰ ਬੜੀ ਸਵਾਦ ਲੱਗਦੀ ਹੈ। ਆਹੀ ਗੱਲ ਤੂੰ ਪਿਆਰ ਨਾਲ ਵੀ ਕਹਿ ਸਕਦਾ? ਪਿਆਰ ਨਾਲ ਕਹਿ ਸਕਦਾ, ਸਾਰੀ ਦਿਹਾੜੀ ਖੇਤਾਂ ਚ ਮੈਂ ਮਰਦਾ, ਤੜਕੀ ਲੱਗ ਜਾਂਦੇ ਨਵੇਂ ਕੱਪੜੇ ਪਾ ਕੇ, ਇੱਕ ਰੋਟੀ ਇਹ ਘਰ ਚ ਚੱਜ ਗੱਲ ਮਿਲਦੀ। ਉਹ ਯਾਰ ਪਰਾਂ ਹੋ ਤੂੰ, ਮਾਤਾ ਕੀ ਗੱਲ ਹੋ ਗਈ, ਇਹਨੂੰ ਕਿਉਂ ਭੱਗ ਰਿਹਾ ਇਹ? ਇਹ ਪੁੱਤ ਪਤਾ ਨੀ ਖੇਤੋਂ ਭੋਗਿਆ ਬਖਰੇ ਆਇਆ, ਘਰੇ ਆ ਕੇ ਰੋਟੀ ਖਾਣ ਲੱਗਿਆ, ਆ ਸਬਜ਼ੀ ਚ ਨੂਣ ਨਾਲ ਬਾਹਲਾ ਪਾ ਰੱਖਿਆ ਵਾ, ਪਤਾ ਨੀ ਕਿਹੜੀ ਨੇ ਪਾਇਆ ਵਾਰ ਬਣਾਉਂਦੀ ਤਾਂ ਛੋਟੀ ਹੋਇਆ ਰੋਜ਼। ਮੈਨੂੰ ਨੀ ਪਤਾ ਦਾਲ ਕਿਵੇਂ ਖਾਰੀ ਹੋ ਗਈ, ਹਰ ਵਾਰ ਦੀ ਤਰ੍ਹਾਂ ਮੈਂ ਲੂਣ ਮਿਰਚ ਬਿਲਕੁਲ ਸਹੀ ਪਾਇਆ ਸੀ। ਨਾਲੇ ਤੁਸੀਂ ਨਾ ਸੁਣਦੇ ਰਹੋ ਆਪਦੇ ਭਰਾ ਦੀਆਂ ਝਟਕਾਂ, ਮੈਂ ਨੀ ਸੁਣਦੀ। ਚੱਲ ਛੱਡ, ਕਿਉਂ ਗੁੱਸਾ ਕਰਦੀ ਹੈ? ਮੈਨੂੰ ਇੱਕ ਗੱਲ ਦੱਸੋ, ਕਰਦਾ ਕਿਹੜਾ ਕੰਮ ਹੈ ਜਿਹੜਾ ਮੈਂ ਕਰਦੀ ਨੀ? ਆ ਵੱਡੀ ਨੇ ਨਾ ਮੈਨੂੰ ਨੌਕਰਾਣੀ ਬਣਾ ਛੱਡਿਆ। ਨਾਲੇ ਇੱਕ ਗੱਲ ਯਾਦ ਰੱਖਿਓ, ਤੁਹਾਡੇ ਬਰਾਬਰ ਤਨਖਾਹ ਹੁੰਦੀ ਆ ਮੇਰੀ, ਜੇ ਮੈਂ ਚਾਹਾਂ ਤਾਂ ਨੌਕਰਾਣੀ ਵੀ ਰੱਖ ਸਕਦੀ ਹਾਂ, ਮੈਂ ਫੇਰ ਵੀ ਸੋਚਦੀ ਹਾਂ ਵੀ ਚੱਲ ਕਿਉਂ ਰੱਖਣੀ ਹੈ। ਚੱਲ ਛੱਡ ਯਾਰ, ਕਿਉਂ ਗੁੱਸਾ ਕਰਦੀ ਆ? ਮੈਂ ਕਹਿ ਦੂੰਗਾ ਬਾਈ ਨੂੰ। ਯਾਰ ਉਹਨਾਂ ਦਾ ਕੀ ਹੱਕ ਬਣਦਾ ਮੈਨੂੰ ਕੁਛ ਕਹਿਣ ਦਾ? ਮੈਂ ਕੁਛ ਨੀ ਸੁਣ ਸਕਦੀ ਉਹਨਾਂ ਦੇ ਮੂੰਹੋਂ। ਉਹ ਯਾਰ ਤੇਰੇ ਸਾਹਮਣੇ ਮੈਂ ਹੁਣ ਬਾਈ ਨੂੰ ਕਹਿ ਤਾਂ ਦਿੱਤਾ ਸੀਗਾ। ਪਤਾ ਹੀ ਹੈ ਮੈਨੂੰ ਕਿੰਨੇ ਕਰੋਬ ਨਾਲ ਕਿਹਾ ਸੀ ਤੁਸੀਂ ਨੇ, ਤੁਹਾਡੀ ਤਾਂ ਆਵਾਜ਼ ਤੱਕ ਨੀ ਨਿਕਲਦੀ ਗਲੇ ਤੁਰੀ ਚੋਂ ਨਾ ਸਾਹਮਣੇ। ਚੱਲ ਛੱਡ ਗੁੱਸਾ, ਛੱਡ ਹੱਸ ਕੇ ਦਿਖਾ ਲੈ। ਬਸ ਯਾਰ ਹੁਣ ਤਾਂ ਮੇਰੀ ਫਿਕਰ ਹੈ ਹੀ ਨਹੀਂ, ਮੈਂ ਤਾਂ ਨਾ ਆਪਣੀ ਮੰਮੀ ਨੂੰ ਫੋਨ ਕਰ ਦੂੰਗੀ, ਆਪੇ ਆ ਕੇ ਲੈ ਜਾਣਗੇ ਮੈਨੂੰ ਉਹ। ਹੈ ਕਾਮਲੀ ਹੋ ਗਈ ਤੂੰ, ਇਹ ਲੈ ਕੇ ਜਾਣ ਦੀ ਕਿਹੜੀ ਗੱਲ ਹੋ ਗਈ ਯਾਰ, ਮੈਂ ਤੇਰੇ ਨਾਲ ਕਦੇ ਉੱਚੀ ਆਵਾਜ਼ ਚ ਗੱਲ ਕੀਤੀ ਹੈ ਕਦੇ? ਤੁਸੀਂ ਉੱਚੀ ਆਵਾਜ਼ ਚ ਗੱਲ ਕਰੋ ਨੋ ਪ੍ਰੋਬਲਮ, ਪਰ ਮੈਂ ਉਹਨਾਂ ਦੀਆਂ ਗੱਲਾਂ ਨਹੀਂ ਸੁਣ ਸਕਦੀ। ਯਾਰ ਲੱਪਰੀ ਤਾਂ ਮੰਨ ਵੀ ਲਈ ਦੀ ਹੁੰਦੀ ਆ, ਜਾਏ ਕਰ ਜਲਦੀ ਜਾ ਕੋਈ ਹੋਰ ਸਬਜ਼ੀ ਬਣਾ ਕੇ ਲੈ ਕੇ ਆ, ਮੈਨੂੰ ਬਹੁਤ ਭੁੱਖ ਲੱਗੀ ਆ। ਆਪਣੀ ਭਾਬੀ ਨੂੰ ਕਹਿ ਦੋ ਉਹ ਬਣਾ ਦੂਗੀ। ਚੱਲ ਕੋਈ ਨਾ ਫਿਰ, ਮੈਂ ਚਾਰ ਨਾਲ ਖਾ ਲੂੰ। ਖਾ ਲਓ ਜੇ ਲੈ ਆ ਯਾਰ ਮੇਰੇ ਪੁੱਤ ਨੀ। ਤੁਸੀਂ ਆਓ ਯਾਰ ਇੱਥੋਂ। ਚੱਲ ਠੀਕ ਆ ਬਈ, ਜਾਣਾ ਹੀ ਪੈਣਾ, ਹੁਣ ਕਦੇ ਬਾਈ ਵਾਲਾ ਗੁੱਸਾ ਮਿਲ ਜਾਵੇ। ਝਾੜੂ ਪੋਚਾ ਲਾਉਂਦੀ ਤੇ ਢੂਹੀ ਦੁਖਣ ਲੱਗ ਜਾਂਦੀ ਮਾਰਦੀਆਂ ਗੱਲਾਂ। ਫਿਰ ਮੈਂ ਕੀ ਕਰਾਂ ਜੇ ਢੂਹੀ ਦੁਖਣ ਲੱਗ ਜਾਂਦੀ ਹੈ ਤਾਂ?
ਮੈਂ ਕਿਹੜੇ ਘਰ ਦੇ ਕੰਮ ਨਹੀਂ ਕਰਦੀ। ਆਹੋ ਲਿਆਉਣੀ ਆ ਨਾ ਪਹਾੜੋਂ ਪੱਥਰ ਤੋੜ ਕੇ, ਆ ਘਰ ਦੇ ਕੰਮ ਤਾਂ ਕਰਨੇ ਪੈਣਗੇ। ਮੈਂ ਕਿਹੜਾ ਕਿਹਾ ਵੀ ਮੈਂ ਕੋਈ ਕੰਮ ਕਰਦੀ ਨੀ, ਤੁਹਾਡੇ ਤਾਂ ਬਰਾਬਰ ਹੀ ਕਰਦੀ ਆ। ਨੀ ਤੂੰ ਕੀ ਰੀਸਾਂ ਕਰੇਂਗੀ ਮੇਰੀਆਂ, ਆ ਤੇਰੇ ਆਉਣ ਤੋਂ ਪਹਿਲਾਂ ਮੈਂ ਕੱਲੀ ਕੋਈ ਸਾਰਾ ਕੰਮ ਕਰਦੀ ਸੀ। ਪਤਾ ਹੀ ਆ ਮੈਨੂੰ, ਕੱਲੀ ਕਰਦੀ ਸੀ ਤੇ ਮੰਮੀ ਤੋਂ ਕਰਾਉਂਦੀ ਸੀ। ਨੀ ਤੂੰ ਰਹਿਣ ਦੇ, ਮੈਂ ਕੋਈ ਹੋਰ ਨਾ ਸੁਣ ਲਈ। ਚੱਲ ਝਾੜੂ ਪੋਚਾ ਜੇ ਲਾਉਂਦੀ ਮੈਂ ਵੀ ਨਹੀਂ, ਹੁਣ ਕੰਮ ਵੰਡ ਕੇ ਹੋਣਗੇ, ਨਹੀਂ ਕੁਛ ਨਹੀਂ ਹੁੰਦਾ। ਲੈ ਇਹ ਤਾਂ ਵਧੀਆ ਗੱਲ ਹੈ, ਜੇ ਕੰਮ ਵੰਡ ਕੇ ਹੋਣਗੇ ਤਾਂ ਫੇਰ ਹੀ ਤਾਂ ਪਤਾ ਲੱਗੂਗਾ ਵੀ ਮਗਰੋਂ ਕਿਹੜੀ ਕੰਮ ਕਰਦੀ ਆ ਤੇ ਪਹਿਲਾਂ ਕਿਹੜੀ ਨਿਬੇੜਦੀ ਆ। ਨੀ ਤੂੰ ਰਹਿਣ ਦੇ, ਨੀ ਤੂੰ ਰਹਿਣ ਦੇ, ਜੇ ਅੱਡ ਹੋ ਗਏ ਨਾ ਤਾਂ ਇੱਥੋਂ ਕੁਛ ਨਹੀਂ ਹੋਣਾ। ਤੂੰ ਮੇਰੀ ਨਾ ਫਿਕਰ ਕਰ, ਵਾਧੂ ਪੈਸੇ ਨੇ ਕੰਮ ਵਾਲੀ ਰੱਖ ਲੂ, ਤੂੰ ਆਪਦੀ ਪਰਵਾਹ ਕਰ। ਉਹ ਕੀ ਤੁਸੀਂ ਸਾਰੀ ਦਿਹਾੜੀ ਬੜਬੜ ਕਰਦੇ ਆ ਰਹੇ ਹੋ, ਤੁਹਾਡੀਆਂ ਸਾਰੀਆਂ ਚੀਕਾਂ ਨਾ ਬਿਜੀ ਚ ਜਾਂਦੀਆਂ ਨੇ, ਸਾਲਾ ਸਾਡਾ ਵੀ ਬਾਹਰ ਨਿਕਲਣਾ ਦੁੱਬਰ ਕਰਿਆ ਪਿਆ। ਆ ਮੈਂ ਤਾਂ ਪੋਚਾ ਲਾ ਕੇ ਹਟੀ ਸੀ, ਲੈ ਕੇ ਚੱਪਣਾ ਸਿੱਧੀ ਅੰਦਰ ਵੜ ਗਈ। ਨਾ ਇਹ ਕੋਈ ਨਿਆਣੀ ਆ, ਇਹਨੂੰ ਪਤਾ ਨਹੀਂ ਲੱਗਦਾ ਵੀ ਚੱਪਣ ਲਾ ਕੇ ਅੰਦਰ ਜਾਵੇ। ਮੇਰੀ ਗੱਲ ਸੁਣੋ, ਮੈਨੂੰ ਪਤਾ ਨਹੀਂ ਸੀ ਵੀ ਇਹ ਪੋਚਾ ਲਗਾ ਰਹੀ ਹੈ, ਨਾਰਮਲ ਵੀ ਗੱਲ ਕਹਿ ਸਕਦੀ ਸੀ। ਨਾਲੇ ਬਈ ਤੁਸੀਂ ਵੀ ਤਾਂ ਚੱਪਣਾ ਪਾ ਕੇ ਅੰਦਰ ਆਇਓ, ਇਹਨਾਂ ਨੂੰ ਤਾਂ ਟੋਕਿਆ ਨਹੀਂ। ਤੁਸੀਂ ਨਾ ਤਿੰਨ ਜਣੇ ਹੋ, ਸੋ ਤੋਂ ਤਿੰਨ ਜਣੇ ਤੋਂ ਨਾ ਘਰ ਦੇ ਕੰਮ ਨਹੀਂ ਨਿਬੜਦੇ, ਸਾਰੀ ਦਿਹਾੜੀ ਟੈ ਟੈ ਕਰਦੇ ਰਹਿੰਦੇ ਹੋ। ਬਾਈ ਤੂੰ ਤਾਂ ਪੜ੍ਹੀ ਲਿਖਿਆ, ਤੂੰ ਤਾਂ ਅੰਦਰ ਵਗ ਜਾ, ਜਾਏ ਤੂੰ ਪਾਣੀ ਲੈ ਕੇ ਲਿਆਉਣੀ ਹੈ ਜੀ। ਉਹ ਲਾਪਰੀ ਤਾਂ ਆ ਜਾ ਯਾਰ, ਹੁਣ ਕਿੱਥੇ ਰਹਿ ਗਈ, ਕਿੰਨਾ ਟਾਈਮ ਲਾਏਗੀ, ਪਹਿਲਾਂ ਹੀ ਬਹੁਤ ਲੇਟ ਹੋ ਗਏ। ਆਇਆ ਜਲਦੀ ਜਾ। ਕਿੱਧਰ ਚੱਲੇ ਹੋ ਤੁਸੀਂ? ਹੁਣ ਉਹ ਮੰਦਾ ਤੁਸੀਂ ਕਿਤੇ ਬਾਹਰ ਜਾਂਦੇ ਆ, ਤੇਰਾ ਵਿੱਚ ਮੁੰਡੇ ਨਾਲ ਜ਼ਰੂਰੀ ਹੁੰਦਾ? ਮੇਰਾ ਵਿਆਹ ਹੋ ਗਿਆ ਹੁਣ, ਹੋ ਗਿਆ, ਇਹ ਨਹੀਂ ਹੈਗਾ ਮੈਂ ਤੁਹਾਡੇ ਤੋਂ ਹਰ ਗੱਲ ਪੁੱਛ ਕੇ ਜਾਵਾਂ। ਉਹ ਤਾਂ ਮੈਂ ਤਾਂ ਉਹੀ ਪੁੱਛ ਲਿਆ, ਤੂੰ ਐਂ ਕਾਹਤੋਂ ਬੋਲਦਾ ਹੈਗਾ? ਬੇਬੇ ਮੈਨੂੰ ਸਾਰਾ ਪਤਾ, ਇਹ ਇਹਨੂੰ ਕਿੱਥੇ ਲੈ ਕੇ ਚੱਲਿਆ। ਭਾਬੀ ਮੇਰੀ ਗੱਲ ਸੁਣ, ਤੇਰਾ ਸਾਡੇ ਵਿੱਚ ਬੋਲਣ ਦਾ ਕੋਈ ਹੱਕ ਨਹੀਂ। ਆਹ ਦੇਖ ਲਓ ਜੀ, ਮੈਨੂੰ ਦੇਖ ਕੇ ਤਾਂ ਜਮੀ ਨਹੀਂ ਜਰਦੀ। ਤੀਜੇ ਦਿਨ ਉਹ ਕਹਿੰਦੇ ਸੈਰ ਸਪਾਟਿਆਂ ਨੂੰ, ਕਿਉਂ ਪੈਸੇ ਝਾੜਾ ਨਾ ਲੱਗਦੇ ਨੇ? ਜਾਊਂਗੀ, ਤੇਰਾ ਕਿਹੜਾ ਪਿਓ ਦੇ ਕੇ ਜਾਂਦਾ ਕਮਾਈ, ਆਪ ਕਮਾਉਂਦੇ ਆਪ ਉਡਾਉਂਦੇ ਆ, ਵੇਲੜ ਕਿਸੇ ਥਾਂ ਦੀ। ਵੱਡੀ ਕਮਾਉਣ ਵਾਲੀ ਨੀ ਤੂੰ, ਮੈਥੋਂ ਉਹਨਾਂ ਮੂੰਹ ਖਲਵਾ ਲਈ, ਮੈਂ ਤੈਨੂੰ ਦੱਸਾਂ। ਪਾਪਾ ਮੇਰੀ ਗੱਲ ਸੁਣ, ਤੂੰ ਇਹਨੂੰ ਅੰਦਰ ਲੈ ਜਾ, ਨਹੀਂ ਤਾਂ ਘਰ 'ਚ ਕਲੇਸ਼ ਹੋ ਜਾਊਗਾ, ਨਾਲੇ ਇਹਨੂੰ ਕਹਿ ਦੇ ਸਾਡੀਆਂ ਗੱਲਾਂ 'ਚ ਬੋਲਣ ਦੀ ਲੋੜ ਨਹੀਂ ਹੈਗੀ। ਨਹੀਂ ਚੱਲ ਤੂੰ ਅੰਦਰ ਵਗ ਜਾ, ਕਿਉਂ ਐਵੇਂ ਜਲੂਸ ਕੱਢਦੀ ਹੋ? ਆਹੋ ਮੈਂ ਹੀ ਮਾੜੀ ਆ, ਮੈਂ ਹੀ ਜਲੂਸ ਕੱਢਦੀ ਆ, ਇਹ ਬਾਹਲੀ ਚੰਗੀ ਆ, ਇਹ ਤੂੰ ਖਾਰਾ ਕਰੋ ਸਾਰਾ ਟੱਬਰ ਪਰੌਂਠੇ, ਦੇਖ ਕਿਵੇਂ ਪਿੱਟਦੀ ਆ, ਤੂੰ ਹੋ ਜਾ ਚੌੜੀ, ਮੈਂ ਤਾਂ ਜਾਂਦੀ ਹੀ ਨਹੀਂ। ਯਾਰ ਤੂੰ ਮੂਡ ਖਰਾਬ ਕਰਿਆ ਤਾਂ, ਚੱਲ ਆਇਆ ਚੱਲਦੇ ਆ ਆਪਾਂ। ਤੁਸੀਂ ਚਲੇ ਜਾਓ, ਮੇਰਾ ਤਾਂ ਮੂਡ ਖਰਾਬ ਕਰਤਾ। ਹੋ ਗਿਆ ਇਹਦਾ ਮੂਡ ਖਰਾਬ ਵੱਡੀ ਮੈਡਮ ਦਾ। ਉਹ ਮਾਤਾ ਨੂੰ ਪੈ ਗਈ ਤੇਰੇ ਕਾਲਜ ਦੀ ਠੰਡ, ਕਰਤਾ ਮੂਡ ਖਰਾਬ ਕਰਿਆ ਦਾ, ਉਹ ਮਸਾ ਮਸਾ ਮੈਂ ਮੂਡ ਠੀਕ ਕਰਦਾ, ਤੁਸੀਂ ਫੇਰ ਖਰਾਬ ਕਰ ਦਿੰਦੇ ਹੋ। ਨਾ ਪੁੱਤ ਇਹੋ ਜਿਹਾ ਮੈਂ ਕੀ ਕਹਿਤਾ? ਉਹ ਆਹੋ ਆਹੋ ਮਾਤਾ, ਤੂੰ ਤਾਂ ਕੁਛ ਕਹਿੰਦੀ ਨਹੀਂ ਹੈਗੀ, ਉਹ ਇਹਦਾ ਸ਼ਹਿਰ ਚੱਲੇ ਸੀ ਕਿਤਾਬਾਂ ਲੈਣ ਵਾਸਤੇ। ਲੈ ਦੱਸ, ਜੇ ਇਹੀ ਗੱਲ ਤੂੰ ਪਹਿਲਾਂ ਦੱਸ ਦਿੰਦਾ, ਇੰਨੀ ਗੱਲ ਕਿਉਂ ਵੱਧਦੀ? ਤੁਸੀਂ ਨਾ ਸਾਰੇ ਟੱਬਰ ਨੇ ਮੇਰਾ ਜੀਣਾ ਹਰਾਮ ਕੀਤਾ ਹੋਇਆ, ਉਹ ਸਾਈਨ ਕਰਾ ਲਿਆ ਕਰੋ ਮੇਤੋਂ। ਜਦੋਂ ਕਦੋਂ ਘਰ ਤੋਂ ਬਾਹਰ ਜਾਂਦਾ ਮੈਂ, ਉਧਰ ਮੈਨੂੰ ਬਾਈ ਪੁੱਛੀ ਜਾਂਦਾ ਕੀ ਕਰਨਾ, ਕਿੱਥੇ ਜਾਣਾ, ਕਿੱਥੇ ਪੈਸਾ ਲਾਣਾ। ਉਹ ਬਈ ਮੈਂ ਵੀ ਕਮਾ ਕੇ ਸਾਰੀ ਸੈਲਰੀ ਤੁਹਾਡੇ ਹੱਥ ਤੇ ਰੱਖਦਾ ਮੈਂ। ਜੇ ਆ ਗੱਲ ਆ ਨਾ, ਅੱਡ ਹੋ ਜਾ, ਸੈਲਰੀ ਦੇ ਕੇ ਕੋਈ ਆਸਾਨ ਨਹੀਂ ਕਰਦਾ, ਸੈਲਰੀ ਦੇਵੇਂ ਨਾ, ਸਾਰਾ ਟੱਬਰ ਖਾਣੇ ਵੀ ਹੋ। ਤੇ ਇੰਨੀ ਗੱਲ ਕਿਉਂ ਵਧਾਉਣੀ ਹੈ ਤੂੰ? ਉਹ ਮਾਤਾ ਗੱਲ ਤਾਂ ਹੁਣ ਵਧੂਗੀ। ਬੇ ਪੁੱਤਰ ਕਿਉਂ ਕਾਵਲਾ ਹੋਇਆਗਾ, ਇਹੋ ਜਿਹੇ ਖਿਆਲ ਦਿਲ ਦਿਮਾਗ ਚੋਂ ਕੱਢ ਦੇ ਮੇਰਾ ਪੁੱਤ, ਲੜਾਈਆਂ ਦੇ ਬਹੁਤ ਘਰ ਜਾੜਦੇ। ਇਹ ਸੱਚੇ ਪਾਤਸ਼ਾਹ ਮੇਰੇ ਪਰਿਵਾਰ ਤੇ ਮਿਹਰ ਕਰੀ। ਸਫਾਈ ਕਰਦਾ ਕਮਰੇ ਦੀ। ਜਵਾਕ ਹੈ ਨਾ, ਆਪਦੇ ਨਾਲ ਲਾ ਕੇ ਰੱਖਿਆ ਕਰੇ ਨੂੰ।
ਜਿਹੀ ਜੀ ਆਪ ਇਹੋ ਜਿਹਾ ਨੂੰ ਬਣਾ ਲਿਆ, ਮਾੜੀ ਮੋਟੀ ਅਕਲ ਸਿਖਾਈ ਹੁੰਦੀ ਨਾ ਇੰਨੀ ਚੌੜ ਨਾ ਇਹ ਕਰਦਾ। ਤੇਰਾ ਮਤਲਬ ਕੀ ਹੈ ਨੀ ਬੋਲਣ ਦਾ, ਵੱਧ ਘੱਟ ਨਾ ਬੋਲੀ ਮੈਨੂੰ, ਕਿਤੇ ਹੋਰ ਲੈ ਲੈ ਮੈਥੋਂ ਨੰਬਰਦਾਰੀ। ਮੇਰੀ ਗੱਲ ਸੁਣ ਲਿਆ ਤੂੰ, ਪਹਿਲਾਂ ਤਾਂ ਮੈਂ ਲਿਹਾਜ ਕਰਦੀ ਸੀ ਤੇਰਾ ਵੱਡੀ ਹੋਣ ਦਾ, ਪਰ ਲੱਗ ਗਿਆ ਪਤਾ ਇੱਜ਼ਤ ਉੱਜ਼ਤ ਕਰਾਉਣ ਦੇ ਲਾਇਕ ਤੂੰ ਵੀ ਨੀ ਹੈਗੀ। ਕੋਈ ਨਾ, ਹੁਣ ਹੱਥ ਲਾ ਕੇ ਦੇਖੀ ਮੇਰੇ ਜਵਾਬ ਦੇ ਤੂੰ। ਤੂੰ ਵੀ ਫਿਰ ਹੁਣ ਇਹਨੂੰ ਮੇਰੇ ਕਮਰੇ 'ਚ ਭੇਜ ਕੇ ਵੇਖੀ, ਆਪਦੇ ਕੋਲੇ ਬਹਿਣ ਨੀ ਦਿੰਦੀ, ਰੋਜ਼ੇ ਮੇਰੇ ਕੋਲੇ ਭੇਜ ਦੂਗੀ। ਕੋਈ ਨੀ, ਕਰਦੀ ਆ ਮੈਂ ਇਹਦੇ ਡੈਡੀ ਨਾਲ ਗੱਲ। ਕਰ ਲਈ ਜਿਹੜੇ ਮਰਜ਼ੀ ਨਾਲ, ਮੈਂ ਕਿਸੇ ਤੋਂ ਡਰਦੀ ਨੀ। ਮੈਨੂੰ ਬਾਹਲੀ ਬਹਿਸਬਾਜ਼ੀ ਕਰਨ ਦੀ ਆਦਤ ਨੀ, ਸਾਫ ਸਾਫ ਗੱਲ ਸੁਣ ਲੈ, ਰਸੋਈ ਖਾਲੀ ਕਰ ਦੇ। ਨਾ ਦੀਨਾ ਨੀ, ਮੇਰੀ ਕੀ ਰਸੋਈ ਚ ਕੋਈ ਮੀਟਿੰਗ ਆ, ਨਾਲੇ ਅੱਜ ਖੇਤ ਕਾਮੇ ਲੱਗੇ ਨੇ, ਉਹਨਾਂ ਦੀ ਰੋਟੀ ਵੀ ਖੇਤ ਭੇਜਣੀ ਆ ਮੈਂ ਪਕਾ ਕੇ। ਹਾਂ ਹਾਂ, ਉਹਨਾਂ ਨੂੰ ਕਾਮੇ ਨੂੰ ਰਜਾ ਦੇ ਤੂੰ, ਘਰ ਦੇ ਮੈਂਬਰ ਭਾਵੇਂ ਭੁੱਖੇ ਪਏ ਰਹਿਣ। ਤੂੰ ਨਾ ਐ ਕਰ, ਚਾਰ ਰੋਟੀਆਂ ਇਸੇ ਚ ਲੈ ਜੀ, ਇਹੋ ਜਿਹੀ ਰੋਟੀ ਅਸੀਂ ਖਾਂਦੇ ਨੀ। ਹੁਣ ਇਹ ਨਾ ਬਣਾ ਦਾ ਮੈਂ ਤੁਹਾਨੂੰ, ਨਾ ਨਾ ਖਾਣੀਆਂ ਖਾਓ, ਨਹੀਂ ਖਾਣੀਆਂ ਨਾ ਖਾਓ, ਆਪਦਾ ਆਰਡਰ ਤੇ ਨਾ ਕੁਛ ਮੰਗਾ ਕੇ ਖਾ ਲਓ, ਰਸੋਈ ਨੀ ਵਿਹਲੀ ਹੁੰਦੀ। ਫਿਰ ਰੋਜ਼ ਰੋਜ਼ ਨਹੀਂ ਸੀ ਰੋਟੀਆਂ ਜਰ ਸਕਦੇ, ਨਾਲੇ ਹੁਣ ਤੁਸੀਂ ਸਿਖਾਓਗੇ ਸਾਨੂੰ, ਵੀ ਅਸੀਂ ਬਾਹਰੋਂ ਆਰਡਰ ਕਰਕੇ ਖਾਣਾ ਕਿ ਘਰੇ ਬਣਾ ਕੇ। ਲਾ ਲਓ ਜਿਹੜਾ ਚੋਰ ਲਾਉਣਾ, ਰਸੋਈ ਨੀ ਫਿਰ ਛੇਤੀ ਵਿਹਲੀ ਹੁੰਦੀ ਅੱਜ। ਮੈਂ ਵੀ ਵੇਖਦੀ ਹਾਂ ਫਿਰ ਰਸੋਈ ਕਿਵੇਂ ਨੀ ਵਿਹਲੇ ਕਰਦੇ ਤੁਸੀਂ। ਡੈਡ ਨੇ ਸਾਰੇ ਘਰ ਤੇ ਮੱਲ ਮਾਰ ਰੱਖੀ ਆ। ਵੱਧ ਘੱਟ ਨਾ ਬੋਲ, ਫੜ ਕੇ ਨਾ ਗੋਡਿਆਂ ਥੱਲੇ ਲੈ ਲੂੰ। ਕੋਈ ਗੱਲ ਨੀ, ਹੁਣ ਤੱਕ ਲਿਹਾਜ਼ ਕਰਦੀ ਰਹੀ ਵੀ ਵੱਡੀ ਆ, ਪਰ ਤੇਰੀਆਂ ਕਰਤੂਤਾਂ ਨਾ ਸਾਨੂੰ ਅੱਡ ਕਰਾ ਕੇ ਰਹਿਣਗੀਆਂ। ਜਾ ਹੋ ਜਾਓ ਅੱਡ, ਅਸੀਂ ਸੌਖੀ ਰੋਟੀ ਦਾ ਖਾ ਲਿਆ ਕਰਾਂਗੇ। ਕੋਈ ਗੱਲ ਨੀ, ਹੁਣੇ ਕਰਦੀ ਆ ਜਾ ਕੇ ਉਹਨਾਂ ਨਾਲ ਗੱਲ ਮੈਂ। ਜਾ ਕਰ ਲਾ। ਹਾਂਜੀ ਬਣੀ ਨੀ ਹਜੇ ਤੱਕ ਰੋਟੀ। ਰੋਟੀ ਕਿੱਥੋਂ ਬਣੂਗੀ, ਉਹ ਤੁਹਾਡੀ ਲਾਡਲੀ ਭਰਜਾਈ ਨਾ ਸਾਰੀ ਰਸੋਈ ਤੇ ਮੱਲ ਮਾਰੀ ਬੈਠੀ ਆ। ਜੇ ਮੈਂ ਮਾੜਾ ਜਿਹਾ ਪਿਆਰ ਨਾਲ ਕਹਿੰਦਾ ਵੀ ਰਸੋਈ ਖਾਲੀ ਕਰ ਦੇ, ਮੈਂ ਇਹਨਾਂ ਵਾਸਤੇ ਰੋਟੀ ਬਣਾਉਣੀ ਹੈ, ਚਾਰ ਪੈਰ ਚੱਕ ਕੇ ਪਈ ਮੈਨੂੰ, ਹਲੇ ਮੈਨੂੰ ਮੋੜ ਕੇ ਕਹਿੰਦੀ ਆ ਮੈਂ ਨੀ ਰਸੋਈ ਖਾਲੀ ਕਰਦੀ, ਤੂੰ ਜੋ ਕਰਨਾ ਉਹ ਕਰ ਲੈ। ਉਹ ਯਾਰ ਫਿਰ ਕੀ ਹੋ ਗਿਆ ਸੀਗਾ, ਤੂੰ ਥੋੜੇ ਠਹਿਰ ਕੇ ਬਣਾ ਲੈਂਦੇ। ਮੈਥੋਂ ਨੀ ਬਰਦਾਸ਼ਤ ਹੁੰਦਾ ਰੋਜ਼ ਰੋਜ਼, ਮੈਂ ਨੀ ਜਰ ਸਕਦੀ, ਹੁਣ ਤਾਂ ਕੋਈ ਨਾ ਕੋਈ ਹੱਲ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਇਹਨਾਂ ਦਾ। ਉਹ ਕੋਈ ਨਾ ਕੋਈ ਨਾ, ਤੂੰ ਕਿਉਂ ਗੁੱਸਾ ਕਰਦੀ ਆ, ਦੇਖ ਤਾਂ ਸਹੀ ਕਿਵੇਂ ਮੂੰਹ ਲਾਲ ਕੀਤਾ, ਆ ਜਾਣ ਦੇ ਬਾਈ ਨੂੰ ਮੈਂ ਗੱਲ ਕਰਦਾ। ਨਾਲੇ ਜਮੈਂ ਦੱਸ ਤੂੰ ਕੀ ਖਾਏਂਗੀ, ਮੈਂ ਤੇਰੇ ਵਾਸਤੇ ਆਰਡਰ ਕਰ ਦਿੰਦਾ, ਨਾਲੇ ਹਾਂ ਸੱਚ ਫੇਵਰੇਟ ਤੇਰਾ ਪੀਜ਼ਾ ਆਰਡਰ ਕਰਦਾ ਵਾ, ਠੀਕ ਆ? ਮੈਂ ਕੁਛ ਨਹੀਂ ਖਾਣਾ। ਮੈਨੂੰ ਪਤਾ ਤੇਰਾ ਫੇਵਰੇਟ ਪੀਜ਼ਾ ਨਾ, ਮੈਂ ਪੀਜ਼ਾ ਆਰਡਰ ਕਰਦਾ, ਆਪਾਂ ਦੋਵੇਂ ਇਕੱਠੇ ਬੈਠ ਕੇ ਖਾਵਾਂਗੇ। ਤੁਸੀਂ ਇਕੱਲੇ ਹੀ ਖਾ ਲਓ। ਲੜਾਈ ਦੀ ਕਾਤਾ ਧਾਤਾ ਤੂੰ ਹੀ ਤਾਂ ਹੈਗੀ ਆ ਜਿਹੜੀ ਆਪਦੇ ਮੁੰਡਿਆਂ ਨੂੰ ਅੱਡ ਨੀ ਹੋਣ ਦਿੰਦੀ, ਨੀ ਜੇ ਤੂੰ ਨਾ ਹੁੰਦੀ ਅਸੀਂ ਤਾਂ ਕਦੋਂ ਦੇ ਅੱਡ ਵਿੱਡ ਹੋ ਜਾਂਦੇ। ਹੁਣ ਮੇਰੇ ਜਿੰਦਾ ਜੀ, ਮੈਂ ਮੇਰੇ ਪੁੱਤਾਂ ਨੂੰ ਅੱਡ ਹੁੰਦੇ ਕਿਵੇਂ ਦੇਖ ਲਾਂ, ਮੇਰੇ ਮਰੀ ਤੋਂ ਬਾਅਦ ਬੇਸ਼ੱਕ ਅੱਡ ਹੋ ਜਾਣ। ਤੈਨੂੰ ਤਾਂ ਫੇਰ ਦੇਖੋ ਛੱਡ ਨਹੀਂ ਜਾ, ਛੱਡ ਲੋ ਛੱਡ ਦੇ ਕੀ ਮਾਰ ਦੋ ਪਹਿਲਾਂ ਮਾਰ ਨਹੀਂ ਦੋ। ਓਏ ਮਾਰ ਦੇ ਬੱਚੇ, ਓਏ ਦੇਖ ਕਾ ਸੁਣ ਕੀ ਹੋ ਗਿਆ, ਅੰਨਾ ਹੋਇਆ ਤੂੰ ਮਾਰੀ ਦਿੱਤੀ, ਲੱਜਾ ਪਾ ਤੀਂ ਦੇ ਥੱਲੇ ਬੜਾ ਕੱਲੀ ਘਰ ਵਾਲੀ ਦਿਖਦੇ ਤੈਨੂੰ ਤਾਂ, ਨਹੀਂ ਤੇਰੀ ਇੰਨੀ ਹਿੰਮਤ ਆ ਤੂੰ ਮੇਰੀ ਮਨ ਤੱਕ ਮਾਰੇ।
ਵੱਖਰੀ ਗੱਲ ਸੀ ਕਿਉਂਕਿ ਉਹ ਬਗਾਨਾ ਹੈ ਪਰ ਤੁਸੀਂ ਤਾਂ ਮੇਰੇ ਆਪਣੇ ਸੀ ਨਾ ਤੁਸੀਂ ਮੇਰੇ ਤੇ ਹੱਥ ਚੁੱਕ ਕੇ ਨਾ ਚੰਗੀ ਨਹੀਂ ਕੀਤੀ ਉਹਦਾ ਤਾਂ ਹੱਕ ਬਣਦਾ ਗਾ ਤੁਸੀਂ ਤਾਂ ਉਹਦੇ ਮਾਰ ਸਕਦੇ ਹੋ ਕਿਉਂਕਿ ਉਹ ਤੁਹਾਡੇ ਤੋਂ ਛੋਟਾ ਗਾ ਜਿਹੋ ਜਿਹਾ ਉਹਨੇ ਕਹਿਤਾ ਉਹ ਤਾਂ ਮਾਰਿਆ ਬਰਾਬਰ ਹੋ ਗਿਆ ਭਲਾ ਉਹ ਤੁਹਾਡੇ ਤੇ ਕਿਵੇਂ ਹੱਥ ਚੱਕ ਸਕਦਾ ਮੈਨੂੰ ਐਂ ਦੱਸੋ ਨਾਲੇ ਮੈਂ ਮਾਂ ਨੂੰ ਧੱਕਾ ਨਹੀਂ ਮਾਰਿਆ ਜਾਣ ਬੁੱਝ ਕੇ ਮੇਰੇ ਤੋਂ ਵੱਜਿਆ ਤਾਂ ਕਰਕੇ ਡਿੱਗੇ ਸੀ ਉਹ ਨਾਲੇ ਬੇਬੇ ਨੂੰ ਧੱਕਾ ਉਹਨੇ ਜਾਣ ਬੁੱਝ ਕੇ ਮਾਰਿਆ ਸੀ ਨਾਲੇ ਬੇਬੇ ਨੂੰ ਉਹਨੇ ਬੁੜੀ ਕਿਹਾ ਸੀ ਮੈਂ ਤੁਹਾਨੂੰ ਕਿੰਨਾ ਸਮਝਾਇਆ ਵੀ ਅੱਡ ਹੋ ਜਾਓ ਅੱਡ ਹੋ ਜਾਓ ਪਰ ਤੁਸੀਂ ਕਦੇ ਮੇਰੀ ਇੱਕ ਵੀ ਨਹੀਂ ਸੁਣੀ ਇਦੋਂ ਪਹਿਲਾਂ ਕਿ ਸਿਰ ਤੋਂ ਪਾਣੀ ਲੰਘ ਜੇ ਚੁੱਪ ਕਰਕੇ ਅੱਡ ਹੋ ਜਾਓ ਯਾਰ ਅੱਡ ਕਿਵੇਂ ਹੋ ਜੀ ਇੰਨੇ ਸਾਲਾਂ ਤੋਂ ਇਕੱਠੇ ਰਹਿੰਦੇ ਆ ਰਹੇ ਹਾਂ ਅਸੀਂ ਮੈਂ ਤੁਹਾਨੂੰ ਇੱਕ ਗੱਲ ਕਹਿਤੀ ਹੁਣ ਜਾਂ ਤਾਂ ਤੁਸੀਂ ਅੱਡ ਹੋ ਜਾਓ ਜਾਂ ਫਿਰ ਮੈਂ ਪੇਕੇ ਚਲੀ ਜਾਂਦੀ ਹਾਂ ਇੱਕ ਵਾਰੀ ਸੋਚ ਲਾ ਲਾ ਬਸ ਇਹ ਤੇਰਾ ਆਖਰੀ ਫੈਸਲਾ ਹਾਂ ਇਹ ਮੇਰਾ ਆਖਰੀ ਫੈਸਲਾ ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ ਤੂੰ ਖਿਲੀ ਬਹਾਰ ਜਿਹਾ ਹੋਏ ਕਰਾਰ ਜਿਹਾ ਦੇ ਜਾ ਸਿੱਕਾ ਠਰੀ ਹੋਈ ਜਿੰਦ ਨੂੰ ਪੋ ਦੀ ਧੁੱਪ ਲੰਘੇ ਪਾਣੀ ਵਾਂਗ ਦੂਰ ਹੋ ਗਿਆ ਸੱਜਣਾ ਲੰਘੇ ਪਾਣੀ ਵਾਂਗੂ ਵੇ ਮੈਂ ਨਾਲ ਹਵਾਵਾਂ ਰੋਜ਼ ਦੁਆਵਾਂ ਚੱਲਦੀ ਰਹੀ ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲਦੀ ਰਹੀ ਵੇ ਮੈਂ ਨਾਲ ਹਵਾਵਾਂ ਰੋਜ਼ ਦੁਆਵਾਂ ਚੱਲਦੀ ਰਹੀ ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲਦੀ ਰਹੀ ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ ਜਾਂ ਫਿਰ ਲੱਗ ਜਾ ਰੂਨ ਲਾ ਇਲਾਜ ਕੋਈ ਦੁੱਖ ਹੋ ਕੇ ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ ਖਾਣਾ ਜਾਵੇ ਕਿਤੇ ਵਿਛੋੜਾ ਡਰਦੀਆਂ ਕੋਈ ਆਉਣ ਮਿਲਾਵੇ ਨਿਤ ਮੈਂ ਰੋ ਰੋ ਮਰਦੀਆਂ ਮੈਨੂੰ ਖਾਣਾ ਜਾਵੇ ਕਿਤੇ ਵਿਛੋੜਾ ਡਰਦੀਆਂ ਕੋਈ ਆਉਣ ਮਿਲਾਵੇ ਨਿਤ ਮੈਂ ਰੋ ਰੋ ਮਰਦੀਆਂ ਘੜੀਆਂ ਇੰਤਜ਼ਾਰ ਦੀਆਂ ਗਿਣਦੀ ਨਾ ਕਿਤੇ ਮੁੱਕ ਜਾਵਾਂ ਇਹ ਤੋਂ ਪਹਿਲਾਂ ਮਿਲ ਜਾ ਜੰਨਤ ਵਾਲਾ ਸੁੱਖ ਹੋ ਕੇ ਤੂੰ ਖਿਲੀ ਬਹਾਰ ਜਿਹਾ ਖੋਏ ਕਰਾਰ ਜਿਹਾ ਦੇ ਜਾ ਸਿੱਕਾ ਖਰੀ ਹੋਈ ਜਿੰਦ ਨੂੰ ਪੋ ਦੀ ਧੁੱਪ ਹੋ ਕੇ ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਮੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ ਲੰਘੇ ਪਾਣੀ ਵਾਂਗੂ ਹੈਲੋ ਮੈਂ ਪ੍ਰੀਤ ਯਾਰ ਮੈਂ ਮੰਨਦਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੇਰੇ ਥੱਪੜ ਮਾਰਿਆ ਹੁਣ ਤਾਂ ਤੂੰ ਘਰੇ ਆ ਜਾ ਯਾਰ ਮੈਂ ਕਦੋਂ ਕਿਹਾ ਮੈਂ ਆਉਂਦੀ ਨਹੀਂ ਆਉਂਗੀ ਪਰ ਜੇ ਅੱਡ ਹੋਊਂਗੀ ਚੱਲ ਠੀਕ ਆ ਯਾਰ ਮੈਂ ਕਰਦਾ ਪੰਚਾਇਤ ਇਕੱਠੀ
दीपे भाई मैं थोड़े ना एक जरूरी गल करनी है। हाँ दस भाई। मैं चाहना कि घर दे विच रोज रोज क्लेश ना होवे, तू सानू अड्ड कर दे। ओए अड्ड होण वाली की गल है यार, इहदे विच एडी छेती गल दिल ते ला गया। मैं मनदा मेतो तेरे घर वाली ते हत्थ चक्या गया, पर इहदा मतलब इह थोड़ी है वी अड्ड हो जांगे। ओ भाई हत्थ चक्कण वाली गल नहीं, हुण तां पाणी सिर तों लंघ गया, बस अड्ड कर दे। ओए ऐ तां यार तेरे घर वाली ने मां नूं धक्का मारिया, मैं गल दिल ते लावां। ओ भाई धक्का कोई नहीं मारिया, ओ मां दी गलती सी, मां अपनी गलती नाल डिगी आ। ओ भाई हुण तेरे घर वाली उहदी तां तूं सफाई देवेंगी, धक्का मेरे सामने मारिया। चल ठीक है भाई, वह गल लग गा, पर हुण तां बस अड्ड होना ही पैना। हर घर च ना छोटिया मोटिया लड़ाइया होंदिया रहिंदियां ने, पर इहदा इह मतलब नहीं अड्ड हो जांगे। भाई मैनू नहीं पता मैं गुस्से च लै रहा किवें, हुण तां फैसला लैणा सी बस लै लिया, सानू अड्ड करना तां बस अड्ड कर दे। जे सोने मन बनाए लिया, पर मेरा भी कोई शौक नहीं थोड़े नाल रहण दा, बुला लैने हथने पंचायत नूं, हो जाने अड्ड। बस ठीक है फिर भाई, कर लो शाम नूं कट्ठी। ਭਾਈ ਕਾਹਦੇ ਵਾਸਤੇ ਬੁਲਾਏ ਮੁੰਡੇ ਸਾਨੂੰ ਤੁਸੀਂ? ਸਾਡੇ ਘਰ 'ਚ ਚੱਲ ਰਿਹਾ ਜੀ ਕਈ ਦਿਨਾਂ ਦਾ ਕਲੇਸ਼, ਨਾ ਤਾਂ ਸਾਡੀਆਂ ਜਨਾਨੀਆਂ ਕੱਟਦੇ ਨੇ ਆਪ 'ਚ, ਨਾ ਹੁਣ ਇਹ ਕੱਟ ਰਿਹਾ ਮੇਰੇ ਨਾਲ, ਤੁਸੀਂ ਸਾਨੂੰ ਨਵੇੜੇ ਦਿਓ ਜੀ, ਸਾਡਾ ਅੱਡ ਕਰ ਦਿਓ। ਉਹ ਇਕੱਠੇ ਰਹਿ ਜਾਓ ਭਾਈ, ਇਕੱਠ ਵਰਗੀ ਤੁਹਾਡੀ ਰੀਸ ਨਹੀਂ ਹੈਗੀ। ਤੁਹਾਡੀ ਮਾਂ ਨੂੰ ਬੁਲਾ ਲਓ ਭਾਈ, ਉਹਦੀ ਵੀ ਰਾਏ ਲੈ ਲਓ। ਮਾਤਾ ਦੱਸ ਕਿਵੇਂ ਵੰਡਾਂਗੇ, ਕਿਵੇਂ ਵੰਡਾਂਗੇ ਤੈਨੂੰ ਮਾਂ, ਦੱਸ ਕਿਵੇਂ ਵੰਡਾਂਗੇ। ਇਹ ਅੱਡ ਹੋ ਰਹੇ ਨੇ ਭਾਈ ਮੁੰਡੇ, ਕੀ ਗੱਲ ਹੈ? ਮੈਂ ਤਾਂ ਜੀ ਥੱਕ ਗਈ ਇਹਨਾਂ ਨੂੰ ਸਮਝਾ ਸਮਝਾ ਕੇ, ਇਹ ਨਹੀਂ ਸਮਝਦੇ, ਇਹਨਾਂ ਦੀ ਨਹੀਂ ਹੁਣ ਨਿਭਦੀ, ਇਹਨਾਂ ਦਾ ਨਮੇੜ ਹੀ ਦਿਓ ਬਸ। ਮੈਂ ਤਾਂ ਜੀ ਵੱਡੇ ਨਾਲ ਹੀ ਰਹਿ ਲੂੰਗੀ, ਮੇਰਾ ਪੋਤਾ ਹੈ, ਇਹ ਤੋਂ ਬਿਨਾਂ ਨਹੀਂ ਮੈਂ ਰਹਿ ਸਕਦੀ। ਫਿਰ ਬੰਗਾਂ ਨੂੰ ਪੁੱਛ ਲਓ ਭਾਈ। ਸਰਪੰਚ ਸਾਹਿਬ ਅਸੀਂ ਅੱਡ ਹੋਣਾ, ਹੋ ਜਾਓ ਫਿਰ, ਰੋਕਿਆ ਕਿਸੇ ਨੇ, ਹੋਵਾਂਗੇ। ਬਸ ਭਾਈ ਤੁਸੀਂ ਨਾ ਬੋਲੋ, ਇਹਨਾਂ ਨੂੰ ਨਿਬੜਨ ਦਿਓ ਮੁੰਡਿਆਂ ਨੂੰ। ਦੇਖ ਹੀ ਲਿਆ ਜੀ ਤੁਹਾਡੇ ਹਾਲ, ਇਹ ਤਾਂ ਤੁਹਾਡੇ ਸਾਹਮਣੇ ਹੀ ਚੁੱਪ ਕਰਦੀਆਂ। ਇਹ ਕਾਹਨੂੰ ਕਰਨੀ ਆ ਭਾਈ ਚੁੱਪ? ਤੁਸੀਂ ਐਂ ਕਰੋ ਜੀ ਇੱਕ ਵਾਰੀ ਇਹਨੂੰ ਪੁੱਛ ਲਓ। ਨਾ ਨਾ ਜੀ ਮੈਂ ਨਹੀਂ ਹੁਣ ਇਕੱਠੇ ਰਹਿਣਾ ਹੈਗਾ, ਮੇਰੇ ਤਾਂ ਪੱਥਰ 'ਤੇ ਲਗੀਰ ਆ। ਅਖੀਰ ਕੱਢੇ ਨਹੀਂ ਸਰਦਾ ਹੁੰਦਾ, ਬੜੇ ਸਿਆਣੇ ਬਣਦੇ ਹੁੰਦੇ ਨੇ। ਨਾ ਨਾ ਜੀ ਬਸ ਹੁਣ ਤਾਂ ਪਾਣੀ ਸਿਰ ਤੋਂ ਟੱਪ ਗਿਆ। ਅੱਜ ਜਦੋਂ ਗੱਲ ਪਰਖੀ ਤਾਂ ਦਿਲ ਹੋਂਕੇ ਪਰ ਪਰ ਰੋਏ, ਕੀ ਸੋਚਿਆ ਸੀ ਕੀ ਹੋਇਆ ਹੁਣ ਕਿਸ ਨੂੰ ਦੋਸ਼ ਦਿਆਂ, ਦੱਸ ਕਿਵੇਂ ਵੰਡਾਂਗੇ, ਕਿਵੇਂ ਵੰਡਾਂਗੇ ਤੈਨੂੰ ਮਾਂ, ਦੱਸ ਕਿਵੇਂ। ਜੇ ਭਾਈ ਤੁਸੀਂ ਇਕੱਠੇ ਨਹੀਂ ਰਹਿਣਾ ਤਾਂ ਤੁਹਾਡੀ ਜ਼ਮੀਨ ਵੰਡ ਦਿੰਦੇ ਹਾਂ, ਤੁਹਾਡਾ ਘਰ ਵੰਡ ਦਿੰਦੇ ਹਾਂ ਭਾਈ, ਅੱਡ ਬੋਲੋ ਹੋਰ ਕੀ ਬਣਦਾ। ਚਲੋ ਠੀਕ ਆ ਜੀ, ਜੇ ਇਹਨੇ ਇਸ ਘਰ 'ਚ ਨਹੀਂ ਰਹਿਣਾ ਆਹ ਬਾੜੇ ਵਾਲੇ ਘਰ 'ਚ, ਇਹ ਪਾਣੀ ਪਹੁੰਚ, ਮੈਂ ਇਹਨੂੰ ਖਰਚਾ ਦੇ ਦਿੰਦਾ। ਨਾ ਨਾ ਜੀ ਮੈਂ ਨਹੀਂ ਇਹਦੇ ਨਾਲ ਰਹਿਣਾ ਹੈਗਾ, ਮੈਂ ਤਾਂ ਆਪਣਾ ਕਿਰਾਏ 'ਤੇ ਰਹਿ ਲੂੰਗਾ। ਤੁਸੀਂ ਲਿਖਤ ਲਿਖਾਓ ਕਰ ਲਓ ਜੀ, ਸਾਨੂੰ ਮੇਰੇ ਕੋਈ ਤਰ੍ਹਾਂ ਦਾ ਮੁਕਰਮ ਕਰ ਦੇਣਾ। ਕਰ ਲਓ ਭਾਈ ਲਿਖਤ, ਲਿਆਓ ਭਾਈ ਕੱਪ।
ਜੇ ਵੱਖ ਵੱਖ ਸਾਡੇ ਰਾਹ ਹੋ ਗਏ ਬੱਚਿਆਂ ਜੈ ਪਾਲੇ ਸੁਪਨੇ ਸਭ ਤਬਾਹ ਹੋ ਗਏ ਕੀ ਹੋਇਆ ਜੇ ਅੱਡ ਪੱਡ ਸਾਡੇ ਰਾਹ ਹੋ ਗਏ ਬੱਚਿਆਂ ਜੈ ਪਾਲੇ ਸੁਪਨੇ ਸਭ ਤਬਾਹ ਹੋ ਗਏ ਨਾ ਮੈਂ ਲਿਖੀਆਂ ਨਾ ਤੂੰ ਲਿਖੀਆਂ ਪਾਗ ਦੀਆਂ ਬਿਨ ਚਾਹੇ ਫਾਸਲੇ ਖਾਮ ਖਾ ਹੋ ਗਏ ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲੱਖ ਹੋਵਣ ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁਲਦੇ ਕਿੱਦਾਂ ਕੋਈ ਪਾਬੰਦੀਆਂ ਲਾ ਲਊ ਪ੍ਰੀਤਾਂ ਤੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਆਰੀਆਂ ਦੇ ਨਾਲ ਅੰਬਰ ਵੱਡਿਆ ਜਾਂਦਾ ਨਹੀਂ ਪਾਣੀ ਚ ਘੁਲਿਆ ਪਾਣੀ ਕੱਢਿਆ ਜਾਂਦਾ ਨਹੀਂ ਆਰੀਆਂ ਦੇ ਨਾਲ ਅੰਬਰ ਵੱਡਿਆ ਜਾਂਦਾ ਨਹੀਂ ਪਾਣੀ ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਹੀਂ ਜੀਵਨ ਦੇ ਇਸ ਕੱਚੇ ਕੂਲੇ ਧਾਗੇ ਨੂੰ ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਹੀਂ ਖੁੱਲਦੇ ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਹੀਂ ਖੁੱਲਦੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਕਦੇ ਦਿਲਾਂ ਨੂੰ ਦਿਲਾਂ ਦੇ ਨਹੀਂ ਭੁੱਲਦੇ ਸੱਚੀ ਮੰਮੀ ਪੂਰੀ ਐਸ਼ ਹੋ ਗਈ ਮੈਨੂੰ ਤਾਂ ਹੁਣ ਮੇਰੀ ਗੱਲ ਸੁਣ ਪੁੱਤ ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ ਵਧੀਆ ਵਧੀਆ ਮਹਿੰਗੇ ਮਹਿੰਗੇ ਤਾਂ ਪਾਇਆ ਕਰ ਸੂਟ ਕਰ ਮਹਿੰਗੇ ਮਹਿੰਗੇ ਗਹਿਣੇ ਪਾਇਆ ਕਰ ਪੁੱਤ ਪਤਾ ਲੱਗੇ ਆਖਰ ਧੀ ਕਿੰਨਾ ਨਹੀਂ ਆ ਮੰਮੀ ਮੈਨੂੰ ਤਾਂ ਮੰਗਵਾਉਣ ਦੀ ਲੋੜ ਹੀ ਨਹੀਂ ਪੈਂਦੀ ਇਹ ਸਾਰਾ ਕੁਝ ਆਪਣੇ ਆਪ ਹੀ ਲਿਆ ਕੇ ਦੇ ਦਿੰਦੇ ਨੇ ਮੈਨੂੰ ਹਾਂ ਪੁੱਤ ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ ਮੈਨੂੰ ਪਤਾ ਹੈ ਮੇਰੀ ਧੀ ਬਹੁਤ ਸਿਆਣੀ ਹੈ ਮੰਮੀ
ਚੱਲ ਮੈਂ ਬਾਅਦ ਚ ਗੱਲ ਕਰਦੀ ਮੈਂ ਲੱਗਦਾ ਉਹ ਘਰੇ ਆ ਗਏ ਚੁੱਕਦਾ ਚੱਲ ਮੈਂ ਪਾਣੀ ਲੈ ਕੇ ਆਉਂਦੀ ਤੁਹਾਡੇ ਵਾਸਤੇ ਕਿ ਹੋਰ ਵੀ ਕੁਛ ਬਣਾਵਾ ਖਾਣ ਨੂੰ ਨਹੀਂ ਨਹੀਂ ਬਸ ਪਾਣੀ ਜਨਾਨੀ ਮਗਰ ਲੱਗ ਕੇ ਅੱਡ ਹੋ ਗਿਆ ਪੁੱਤ ਉਹ ਤੇਰੀ ਬਹੁਤ ਇੱਜ਼ਤ ਕਰਦਾ ਸੀ ਤੂੰ ਇੱਕ ਵਾਰੀ ਸਮਝਾ ਕੇ ਤਾਂ ਦੇਖ ਲੈਂਦਾ ਖਬਰੇ ਨਾ ਹੀ ਅੱਡ ਹੁੰਦੇ ਤੈਨੂੰ ਕੀ ਲੱਗਦਾ ਮੈਂ ਸਮਝਾਇਆ ਨੀ ਬਥੇਰਾ ਸਮਝਾਇਆ ਜਾਤਾ ਕਹਿੰਦਾ ਮੈਨੂੰ ਅੱਡ ਕਰ ਦੋ ਨਾਲੇ ਤੂੰ ਤਾਂ ਹਮੇਸ਼ਾ ਮਾਤਾ ਮੈਨੂੰ ਇਹ ਕੋਸੇਗੀ ਤਾਂ ਰੋਟੀ ਖਾਣੀਆਂ ਖਾਲਾ ਨੀ ਰਹਿਣ ਦੇ ਤੁਸੀਂ ਖਾ ਲਓ ਜੀ ਰੋਟੀ ਮੰਮੀ ਫੇਰ ਖਾ ਲੂਗੀ ਬਸ ਮੇਰੇ ਤਾਂ ਭਰ ਗਿਆ ਢਿੱਡੇ ਦੀਆਂ ਗੱਲਾਂ ਸੁਣ ਕੇ ਆ ਹੁਣ ਤਾਂ ਖੁਸ਼ ਹੋ ਗਈ ਹੋਵੇਂਗੀ ਤੜਕੀ ਲੱਗ ਜੂਗੀ ਰੋਣਾ ਧੋਣਾ ਕਰਨ ਆ ਖੇਤ ਗਿਆ ਭੁੱਖਾ ਤਾਂ ਹੈ ਦੱਸ ਕਿਵੇਂ ਕੰਮ ਕਰੂਗਾ ਕੁੜੇ ਪੁੱਤ ਇਹ ਜਿਹਾ ਮੈਂ ਕੀ ਕਹਤਾ ਜਿਹੜਾ ਰੋਟੀ ਛੱਡ ਕੇ ਵਗ ਗਿਆ ਇਹਨਾਂ ਦੇ ਹੁੰਦੇ ਨਾ ਆਪਦੇ ਡਰਾਮੇ ਬੰਦ ਰੱਖਿਆ ਕਰ ਅੱਖਾਂ ਨੂੰ ਥੁੱਕ ਲਾ ਕੇ ਲੱਗ ਜੂਗੀ ਹੂ ਹੂ ਕਰਨ ਆਹੋ ਭਾਈ ਤੁਸੀਂ ਮੇਰਾ ਦਰਦ ਕੀ ਸਮਝੋਗੇ ਵੀ ਮੇਰੇ ਤੇ ਕੀ ਬੀਤਦੀ ਹੈ ਦੋ ਟੁਕੜੇ ਖਾਣੇ ਹੁੰਦੇ ਖਾ ਲਿਆ ਕਰ ਤੇਰੇ ਵੀ ਵਿਹਲੀ ਤੇ ਹਾਜ਼ਮ ਨੀ ਆਉਂਦੀਆਂ ਸਾਰੇ ਟੱਬਰ ਤਾਂ ਜਿਉਣਾ ਹਰਾਮ ਕਰ ਰੱਖਿਆ ਕੱਲੀ ਜਣੀ ਨੇ ਹੋਰ ਬਾਈ ਜੀਰੀ ਦਾ ਕਿੰਨਾ ਕੁ ਰਹਿ ਗਿਆ ਕੰਮ ਕਾਰ ਬਸ ਜੀਰੀ ਵੱਢ ਲਈ ਬਾਈ ਕੁਛ ਤੇ ਕੀਲੇ ਰਹਿ ਗਏ ਬਸ ਵੱਢ ਲਾਂਗੇ ਅੱਛਾ ਮੈਂ ਵੀ ਸਲਾਹ ਜੀ ਬਣਾਉਣਾ ਯਾਰ ਗਾਹਾਂ ਨੂੰ ਠੇਕੇ ਤੇ ਲੈ ਲਾਂ ਅੱਛਾ ਉਹ ਜੱਗੀ ਉਹ ਇਹ ਕਿੱਥੇ ਬੈਠਿਆ ਹੋਗਾ ਕੀ ਹੋ ਗਿਆ ਬਾਈ ਉਹ ਯਾਰ ਇੱਕ ਤਾਂ ਮੈਂ ਪਹਿਲਾਂ ਹੀ ਲੇਟ ਆ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਬੱਸ ਵੀ ਲੰਘਣ ਵਾਲੀ ਛੇਤੀ ਦੱਸ ਬਾਈ ਕੀ ਗੱਲ ਉਹ ਹੱਦ ਹੋ ਗਈ ਯਾਰ ਭਾਈ ਨਾਲ ਗੱਲ ਕਰਨ ਦੇ ਦੋ ਮਿੰਟ ਵੀ ਨਹੀਂ ਹੈਗੇ ਉਹ ਮੈਂ ਤਾਂ ਐਂ ਕਹਿੰਦਾ ਸੀ ਠੇਕੇ ਤੇ ਜ਼ਮੀਨ ਕਿਸੇ ਹੋਰ ਨੂੰ ਵੀ ਤਾਂ ਦੇਵੇਂਗਾ ਬਗਾਨਾ ਬੰਦਾ ਪੈਰ ਪਾਓ ਤੂੰ ਮੈਨੂੰ ਇਹ ਦੇ ਦੇ ਮੈਂ ਤਾਂ ਠੇਕਾ ਹੀ ਦੇਣਾ ਤੈਨੂੰ ਉਹ ਨਾ ਨਾ ਬਾਈ ਐਤਕੀ ਖੇਤੀ ਮੈਂ ਆਪੇ ਕਰੂੰਗਾ ਉਹ ਪਤੰਦਰਾ ਤੂੰ ਨੌਕਰੀ ਕਰੇਂਗਾ ਕਿ ਖੇਤੀ ਕਰੇਂਗਾ ਦੋ ਕੰਮ ਕਿਵੇਂ ਕਰੇਂਗਾ ਯਾਰ ਤੂੰ ਕੀ ਲੈਣਾ ਬਾਈ ਉਹ ਮੇਰੀ ਟੈਨਸ਼ਨ ਆ ਮੈਂ ਨੌਕਰੀ ਵੀ ਕਰੂੰਗਾ ਨਾਲੇ ਖੇਤੀ ਵੀ ਕਰੂੰਗਾ ਚੱਲ ਠੀਕ ਹੈ ਚੰਗਾ ਫਿਰ ਮੈਂ ਚੱਲਦਾ ਯਾਰ ਬਸ ਲੰਘ ਜੂਗੀ ਉਹ ਬਾਈ ਦੀਪੇ ਇਹਦਾ ਉਹੀ ਪਾਡੀਆਂ ਮਾਰੀ ਜਾਂਦਾ ਬਾਈ ਇਹ ਕਿੱਥੇ ਕਰ ਲੂਗਾ ਦੋ ਦੋ ਕੰਮ ਨਾਲੇ ਖੇਤੀ ਨਾਲੇ ਨੌਕਰੀ ਅਸਲ ਚ ਦੀ ਤੈਨੂੰ ਦੇਣ ਦੀ ਸਲਾਹ ਨਹੀਂ ਹੈਗੀ ਜ਼ਮੀਨ ਗੱਲ ਤਾਂ ਪੱਕੀ ਆ ਲਾਡੀ ਬਾਈ ਦੇਖਦਾ ਸੀ ਉਹਦੀ ਬੋਲ ਬਾਣੀ ਉਹ ਦੇਖ ਲਾ ਕਿਵੇਂ ਬਦਲੀ ਪਈ ਆ ਚੱਲ ਆਪਾਂ ਕੋਈ ਹੋਰ ਦੇਖਾਂਗੇ ਢੇਰੀ ਲੈਣੀ ਤਾਂ ਹੈ ਹੀ ਆ ਮੈਂ ਠੇਕੇ ਦੇ ਦੀ ਹਾਂ ਦੱਸੀ ਓਹੋ ਸਾਰਾ ਦਿਨ ਇੰਨੇ ਕੰਮ ਕਰਕੇ ਮੇਰੀ ਤਾਂ ਸੱਚੀ ਮੱਤ ਮਾਰੀ ਜਾਂਦੀ ਹੈਗੀ ਹਰ ਰੋਜ਼ ਤਾਂ ਇੰਨਾ ਕੰਮ ਕਰਨਾ ਬਹੁਤ ਔਖਾ ਕਹਿਣ ਨੂੰ ਤਾਂ ਕੀ ਕਹਿਣਾ ਉਹ ਛੋਟੀ ਇਦੋਂ ਜ਼ਿਆਦਾ ਕੰਮ ਕਰਦੀ ਸੀ ਹੱਡ ਹੋ ਕੇ ਕੀਤੀ ਤਾਂ ਗਲਤ ਵੀ ਹੈ ਪਰ ਮੇਰੇ ਕੋਲ ਤਾਂ ਕੰਮ ਵਾਲੀ ਹੈਗੀ ਆ ਬੁੜੀ ਇਹ ਕਦੋਂ ਕੰਮ ਆਊ ਮੰਮੀ ਮੇਰੀ ਗੱਲ ਸੁਣਿਓ ਮੰਮੀ ਜੀ ਹਾਂ ਪੁੱਤ ਦੱਸ ਮੰਮੀ ਮੈਂ ਤਾਂ ਐਂ ਕਹਿੰਦੀ ਸੀ ਮੇਰਾ ਨਾ ਸਿਰ ਵਾਲਾ ਦਰਦ ਕਰੀ ਜਾਂਦਾ ਝਾੜੂ ਮਾਰਦੇ ਵਿਹੜੇ ਚ ਮੈਥੋਂ ਵੱਜਿਆ ਨੀ ਅੱਜ ਕੋਈ ਨਾ ਪੁੱਤ ਸਿਰ ਦੁਖਦਾ ਤੂੰ ਬੈਠ ਆਰਾਮ ਕਰ ਮੈਂ ਲਾ ਦਿੰਦੀ ਹਾਂ ਝਾੜੂ ਹੋਰ ਕੰਮ ਹੈ ਕੋਈ ਉਹ ਵੀ ਕਰ ਲੈਂਦੀ ਮੰਮੀ ਆਰਾਮ ਕਰਨ ਦਾ ਟਾਈਮ ਕਿੱਥੇ ਆ ਆ ਕੰਮ ਤਾਂ ਸਿਰ ਤੇ ਚੜੇ ਪਏ ਨੇ ਲੈ ਮੈਂ ਤੈਨੂੰ ਕਹਿੰਦੀ ਵੀ ਮੈਂ ਆਪੇ ਕਰ ਲੂ ਕੰਮ ਤੂੰ ਬਹਿ ਜਾ ਟੇਕੇ ਜੇ ਤੇਰਾ ਸਿਰ ਦੁਖਦਾ ਚੱਲ ਦੇਖ ਲੈ ਮੰਮੀ ਜੇ ਕਰ ਦੇਂਗੀ ਤਾਂ ਠੀਕ ਆ ਨਹੀਂ ਫਿਰ ਮੈਂ ਆਪ ਕਰ ਲੈਣੀ ਆ ਨਹੀਂ ਤੂੰ ਪੈ ਜਾ ਆਰਾਮ ਕਰ ਤੇ ਮੈਂ ਲਾਉਣੀ ਆ ਝਾੜੂ ਕੋਈ ਨਾ ਸੋਚ ਨਾ ਕਰ ਆ ਗਏ ਜੀ ਤੁਸੀਂ ਪਾਣੀ ਲੈ ਕੇ ਆਣਾ ਓਹੋ ਮੰਮੀ ਜੀ ਤੁਸੀਂ ਕਿਉਂ ਕੰਮ ਕਰੀ ਜਾਂਦੇ ਹੋ ਐਵੇਂ ਧੁੱਪੇ ਬਿਮਾਰ ਹੋ ਕੇ ਬਹਿ ਜਾਏਗੀ ਟੇਕੇ ਆਰਾਮ ਕਰ ਲਿਆ ਕਰ ਮੈਂ ਤੇਰੇ ਹੀ ਨਹੀਂ ਪਤਾ ਲੱਗਦਾ ਕਦੇ ਕਹਿੰਦੇ ਆ ਕੰਮ ਕਰ ਲੈ ਕਦੇ ਕਹਿੰਦੇ ਆ ਟੇਕੇ ਬਹਿ ਜਾ ਉਹ ਕੀ ਕਹੀ ਜਾਂਦੇ ਮੰਮੀ ਨੂੰ ਤੂੰ ਮੈਂ ਤਾਂ ਇਹ ਕਹਿਣੀ ਹੈ ਜੀ ਮੰਮੀ ਐਵੇਂ ਧੁੱਪ ਚ ਕੰਮ ਕਰਨ ਲੱਗੀ ਪਈ ਹੈ ਬਿਮਾਰ ਹੋ ਕੇ ਬਹਿ ਜੂਗੀ
ਪੇਕੇ ਨੀ ਬਹਿੰਦੀ, ਮੈਂ ਤਾਂ ਸਾਰਾ ਦਿਨ ਮੱਥਾ ਮਾਰਦੀ ਹਾਂ, ਪਰ ਤੇਰੀ ਮਾਂ ਮੇਰੀ ਸੁਣਦੀ ਕਿੱਥੇ ਆ? ਫੇਰ ਕੀ ਹੁੰਦਾ, ਸਮਾਂ ਦੇ ਮਾਣੇ ਮੋਟੇ ਗੋਡੇ ਚੱਲਦੇ ਰਹਿਣਗੇ ਜੇ ਕੰਮ ਕਰੂਗੀ। ਅੱਛਾ ਜੀ, ਫੇਰ ਤਾਂ ਠੀਕ ਹੈ। ਤੂੰ ਐਂ ਕਰ, ਮੇਰਾ ਸਿਰ ਬਹੁਤ ਦਰਦ ਹੋ ਰਿਹਾ, ਤੂੰ ਗੋਲੀ ਲਿਆ। ਚੱਲ ਤੂੰ ਗੋਲੀ ਤੇ ਰਹਿਣ ਦੇ ਯਾਰ, ਤੂੰ ਕੋਈ ਨਾ ਗਾੜੀ ਚਾਹ ਬਣਾ ਕੇ ਲਿਆ। ਚੱਲ ਠੀਕ ਹੈ ਜੀ, ਮੈਂ ਚਾਹ ਬਣਾ ਕੇ ਲਿਆਉਣੀ ਆ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ ਹੈ, ਇੱਕ ਨਾ ਹੁਕਮੀ ਬਖਸੀ ਸ, ਇੱਕ ਹੁਕਮੀ ਸਦਾ ਪਵਾਈਐ। ਕਿਵੇਂ ਆ ਭੈਣੇ? ਸਭ ਕੋ ਕੀ ਕਿਹਾ ਭੈਣੇ, ਦੀਦੇ ਹੀ ਹੈ ਤੈਨੂੰ ਬਸ। ਬਸ ਤੇਰਾ ਵੀ ਮੇਰੇ ਵਾਲਾ ਹੀ ਹਾਲ ਹੈ, ਜੋ ਹਾਲ ਮੇਰੀਆਂ ਨੋਹਾਂ ਨੇ ਮੇਰਾ ਕਰਤਾ ਉਹੀ ਤੇਰਾ ਹੈ। ਚਲੋ ਕੀ ਕਰ ਸਕਦੇ ਆ ਕੁਲਦੀਪ, ਕਿਤੇ ਨਾ ਕਿਤੇ ਤਾਂ ਆਪਣੇ ਤੋਂ ਵੀ ਵੱਡੀ ਗਲਤੀ ਹੋਈ ਹੈ। ਜੇ ਆਪਾਂ ਉਹਨਾਂ ਨੂੰ ਚੱਜ ਦੀਆਂ ਗੱਲਾਂ, ਚੰਗੇ ਸੰਸਕਾਰ ਦਿੱਤੇ ਹੁੰਦੇ ਤਾਂ ਸ਼ਾਇਦ ਆਪਣੇ ਨਾਲ ਇਹ ਨਾ ਬਣਦੀ। ਆ ਦੇਖ ਲੈ, ਮੈਂ ਕਹਿੰਦੀ ਸੀ ਵੀ ਮੇਰੀਆਂ ਨੂੰਹਾਂ ਬਹੁਤ ਚੰਗੀਆਂ ਨੇ, ਬਹੁਤ ਸਿਆਣੀਆਂ ਨੇ, ਆ ਕੇ ਮੇਰੇ ਘਰ ਨੂੰ ਦੋ ਹਿੱਸੇ 'ਚ ਵੰਡਤਾ। ਤੇਰੇ ਘਰ ਨੂੰ ਵੰਡਿਆ? ਮੇਰਾ ਘਰ ਤਾਂ ਤੇਰੇ ਨਾਲ ਵੀ ਪਹਿਲਾਂ ਵੰਡਿਆ ਗਿਆ। ਇਹੋ ਜਿਹੀਆਂ ਆ ਗਈਆਂ, ਮੇਰੀ ਵੱਡੀ ਨੂੰਹ ਤਾਂ ਹਾਲੇ ਵੀ ਮੇਰੇ ਤੋਂ ਕੰਮ ਕਰਵਾਉਂਦੀ ਹੈ, ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ, ਜੇ ਬਹਿ ਜਾਂਦੀ ਹਾਂ ਤਾਂ ਖੜਿਆ ਨਹੀਂ ਜਾਂਦਾ, ਜੇ ਖੜ ਜਾਂਦੀ ਹਾਂ ਤਾਂ ਬੈਠਿਆ ਨਹੀਂ ਜਾਂਦਾ, ਪਰ ਫਿਰ ਵੀ ਘਰ ਦਾ ਸਾਰਾ ਕੰਮ ਕਰਦੀ ਹਾਂ, ਕਿਹਨੂੰ ਦੱਸਾਂ? ਆਪਾਂ ਤਾਂ ਕਿਸੇ ਨੂੰ ਸੁਣਾਉਣ ਜੋਗੀ ਨਹੀਂ ਆਪਦਾ ਦੁੱਖ। ਜੇ ਰੱਬ ਨਾ ਇੱਕ ਇੱਕ ਧੀ ਹੋਵੇ ਨਾ, ਆਪਦਾ ਢਿੱਡ ਉਹਦੇ ਕੋਲ ਹੌਲਾ ਕਰ ਲਿਆ ਕਰਦੀ, ਦੁੱਖ ਸੁੱਖ ਸਾਂਝਾ ਕਰ ਲਿਆ ਕਰਦੀ। ਸਾਡੀ ਵਾਰ ਤਾਂ ਰੱਬ ਵੀ ਅੱਖਾਂ ਮੀਟ ਗਿਆ। ਕਦੇ ਕਦੇ ਤਾਂ ਕੁਲਦੀਪ ਜੀ ਕਰਦਾ ਵੀ ਕੁਛ ਖਾ ਕੇ ਮਰ ਜਾ, ਲੈ ਫਿਰ ਨਾ ਪੁੱਤਾਂ ਪੋਤਿਆਂ ਦਾ ਮੂੰਹ ਮਾਰ ਲੈਂਦਾ। ਭੈਣੇ ਕੋਈ ਗੱਲ ਨੀ, ਕਹਿੰਦੇ ਨੀ ਹੁੰਦੇ ਸਿਆਣੇ ਜੇ ਮੂਲ ਨਾਲੋਂ ਵਿਆਜ ਪਿਆਰਾ? ਆ ਪੋਤੇ ਪੋਤੀਆਂ ਦਾ ਮੂੰਹ ਮਾਰਦਾ ਕਰਕੇ ਤਾਂ ਤੁਰੀਆਂ ਫਿਰਦੀਆਂ, ਜਿੱਦਾਂ ਦੀ ਸਾਡੀ ਜੂਨ ਹੈ, ਸਾਡੇ ਤਾਂ ਕਦੋਂ ਦੇ ਗੰਗਾ ਪਏ ਹੁੰਦੇ ਅਸਤ। ਬਸ ਜ਼ਿੰਦਗੀ ਤਾਂ ਕੋਈ ਨਿਕਲਦੀ ਪਾਉਣ, ਇੱਕ ਤੁਰੇ ਫਿਰਦੇ ਆ। ਆ ਮੇਰੀ ਵੱਡੀ ਨੂੰ, ਜਦੋਂ ਤਾਂ ਮੇਰਾ ਮੁੰਡਾ ਘਰੇ ਹੁੰਦਾ ਵੱਡਾ, ਉਦੋਂ ਤਾਂ ਮਾਂ ਜੀ ਕਰਦੀ ਹੈ, ਜਦੋਂ ਉਹ ਬਾਗਚੇ ਨੂੰ ਸਾਰਾ ਕੰਮ ਕਰਾਉਂਦੀ ਹੈ, ਪਰ ਹੁਣ ਹੁੰਦਾ ਨਹੀਂ, ਧੱਕਾ ਹੀ ਹੈ ਸਰੀਰ ਨਾਲ ਬਸ। ਭੈਣੇ ਕੰਮ ਕਰਦੀਆਂ ਨੂੰ ਤਾਂ ਆਹਦਾ ਨਾਗ ਹੈ, ਕਿੰਨਾ ਇਸ ਘਰ ਨੂੰ ਆਪਾਂ ਕੰਮ ਕੀਤਾ ਤੇ ਆਹ ਨੋਹਾਂ ਨੇ ਆ ਕੇ ਸਾਡੀ ਜੂਨ ਖਰਾਬ ਕਰ ਦਿੱਤੀ। ਕੀ ਦੱਸੀਏ, ਕਿਹਨੂੰ ਦੱਸੀਏ, ਕਿੱਦਾਂ ਦੱਸੀਏ, ਸਮਝ ਨਹੀਂ ਆਉਂਦੀ। ਬਸ ਆ ਗੁਰੂ ਘਰ ਜਾ ਕੇ ਮਨ ਹੌਲਾ ਕਰ ਆਈਦਾ। ਤੂੰ ਵੀ ਗੁਰੂ ਘਰ ਜਾਇਆ ਕਰ, ਦੋ ਘੰਟੇ ਬਾਣੀ ਸੁਣਿਆ ਕਰ, ਮਨ ਹੌਲਾ ਹੋ ਜਾਂਦਾ। ਗੁਰੂ ਘਰ ਦੋ ਟਾਈਮ ਜਾਂਦੀ ਆ ਕੁਲਦੀਪ, ਵੀ ਹੇ ਸੱਚੇ ਪਾਤਸ਼ਾਹ ਹੁਣ ਮੈਨੂੰ ਨਰਕ ਭਰੀ ਜ਼ਿੰਦਗੀ ਤੋਂ ਛੁਟਕਾਰਾ ਦੇ ਦੇ। ਕਿੱਥੋਂ ਛੁਟਕਾਰਾ ਮਿਲ ਜੂਗਾ, ਜਿੰਨੇ ਉਸ ਵਾਹਿਗੁਰੂ ਨੇ ਸਵਾਸ ਵਾ ਦਿੱਤੇ ਨੇ ਉਹ ਤਾਂ ਲੈਣੇ ਪੈਣੇ ਨੇ। ਚੱਲ ਚੰਗਾ ਹੋਊਗੀ, ਘਰੇ ਸਾਰੇ ਕੰਮ ਕਰਨ ਵਾਲੇ ਪਏ ਹੋਣੇ, ਫਿਰ ਮੈਨੂੰ ਗਈ ਨੂੰ ਟੱਪੂਗੀ, ਬਾਲਾ ਬੁੜਬੁੜ ਕਰਦੀ ਹੈ। ਸਿਹਤ ਦਾ ਖਿਆਲ ਰੱਖੀ, ਨਾਲੇ ਇੰਨਾ ਰੋਇਆ ਨਾ ਕਰ, ਅੰਨੀ ਹੋ ਜਾਊਗੀ, ਇੱਥੇ ਸਾਨੂੰ ਹੁਣ ਤਾਂ ਕੁਛ ਪੁੱਛਦਾ ਨੀ ਕੋਈ। ਪੁੱਛਣਾ ਜੇ ਅੰਨੀਆਂ ਹੋ ਗਈਆਂ ਰੋ ਰੋ ਕੇ, ਫਿਰ ਕਿਹਨੇ ਪੁੱਛਣਾ? ਚੰਗਾ ਭੈਣੇ ਜਾਇਆ, ਦੇਖ ਲੈ ਹੋਰ ਡਾਡੇ ਦੇ ਰੰਗ, ਇਹ ਵੀ ਵਿਚਾਰੀ ਮੇਰੇ ਵਾਂਗੂ ਦੁਖੀ ਹੈ, ਕਿਹਨੂੰ ਦੱਸੀਏ ਦੁੱਖ। ਸਾਡੀ ਵਾਰ ਤਾਂ ਰੱਬ ਵੀ ਅੱਖਾਂ ਲੱਗਦਾ ਮੀਟ ਗਿਆ, ਕਿੰਨਾ ਕੰਮ ਕੀਤਾ ਸਾਰੀ ਉਮਰ ਤੇ ਆ ਜੋ ਅੱਖਾਂ ਨੇ। ਚੱਲ ਭਾਈ, ਜੋ ਵਾਹਿਗੁਰੂ ਨੂੰ ਮਨਜ਼ੂਰ। ਉਹ ਕਾਪੀ ਕਿੱਥੇ? ਇੱਥੇ ਪਈ ਹੋਣੀ ਜੀ, ਧਿਆਨ ਨਾਲ ਦੇਖੋ। ਉਹ ਹੱਦ ਹੋ ਗਈ ਯਾਰ, ਮੈਂ ਸਾਰਾ ਘਰ ਦੇਖ ਲਿਆ, ਕਾਪੀ ਕਿੱਥੇ ਆ? ਤੁਸੀਂ ਤਾਂ ਮੇਰੇ ਤੇ ਆਇਆ ਕਰੋ, ਇਸ ਘਰ 'ਚ ਕੱਲੀ ਮੈਂ ਤਾਂ ਨਹੀਂ ਰਹਿੰਦੀ, ਹੋਰ ਵੀ ਰਹਿੰਦੇ ਹੋ। ਉਹ ਮੈਂ ਇੰਨਾ ਨਹੀਂ ਹੈਗਾ, ਸਾਰਾ ਘਰ ਫਰੋਲਦਾ, ਫਰਿੱਜ ਦੇਖ ਲਿਆ, ਕਮਰੇ 'ਚ ਦੇਖ ਲਿਆ, ਕਾਪੀ ਕਿੱਥੇ? ਫਿਰ ਇੱਥੇ ਹੋਣੀ, ਘਰ ਕੀ ਖਾ ਗਿਆ ਕਾਪੀ ਨੂੰ? ਉਹ ਹੱਦ ਹੋ ਗਈ ਯਾਰ, ਮੈਂ ਸਾਰੇ ਦਾ ਟੋਲ ਲਈ। ਪੁੱਤ ਆ ਤਾਂ ਨਹੀਂ? ਉਹ ਹਾਂ ਹੀ ਆ, ਆ ਕਿਹਨੇ ਪਾੜੀ ਕਾਪੀ? ਇਹ ਤਾਂ ਪੁੱਤ ਨਾ ਮੈਂ ਚੁੱਲ੍ਹੇ 'ਚ ਅੱਗ ਮਚਾਈ ਸੀ ਵਰਖਾ ਪਾੜ ਕੇ। ਉਹ ਮਾਤਾ ਤੇਰਾ ਦਿਮਾਗ ਦਮੂਗ ਸਹੀ ਹੈਗਾ? ਤੂੰ ਬੈਂਕ ਦੀ ਕਾਪੀ ਰਹਿ ਗਈ ਅੱਗ 'ਚ। ਬੈਂਕ ਦੀ ਕਾਪੀ ਆ ਪੁੱਤ ਇਹ? ਪੁੱਤ ਮੈਨੂੰ ਤਾਂ ਪਤਾ ਨਹੀਂ ਸੀ, ਮੈਂ ਤਾਂ ਨਾ ਮੈਂ ਰੱਦੀ ਜਾ ਕਾਗਜ਼ ਚੱਲ ਅੱਗ ਮਚਾ ਲਾ ਜਿਹਨੇ। ਮੈਨੂੰ ਲੱਗਦਾ ਤੇ ਤੋਂ ਵੱਧ ਨਾ ਡਰਾਮੇ ਕੋਈ ਨਹੀਂ ਲਾਉਂਦਾ, ਉਹ ਇਹਨੂੰ ਦਵਾਈ ਦਵੂਈ ਦਵਾ ਦੇ, ਓਏ ਇਹ ਦਿਮਾਗ ਖਿੱਲ ਗਿਆ। ਉਹ ਬਾਈ ਤੂੰ ਟਿੱਕੇ ਸਾਈਡ ਤੇ ਬੈਠੀ ਰਿਹਾ ਕਰ, ਕੋਈ ਲੋੜ ਨਹੀਂ ਘਰ ਦਾ ਕੰਮ ਕਰਨ ਦੀ।
ਪੁੱਤ ਘਰ ਦੇ ਕੰਮ ਤਾਂ ਹੁਣ ਕਰਨੇ ਹੀ ਨੇ। ਆਹੋ ਅੱਜ ਬੈਂਕ ਦੀ ਕਾਪੀ ਲਾਈ ਆ, ਕੱਲ ਨੂੰ ਮੇਰੇ ਕੱਪੜੇ ਫੁੱਕ ਦੇਂਗੀ। ਪੁੱਤ ਐਡੀ ਵੀ ਕਾਮਲੀ ਨਹੀਂ ਮੈਂ। ਉਹ ਤੂੰ ਇੰਨੀ ਸਿਆਣੀ ਵੀ ਨਹੀਂ ਗੀ ਮਾਂ, ਜਿਹੜੇ ਜਿਹੜੇ ਲੱਲਰ ਲਾ ਰਹੀ ਆ ਤੂੰ, ਉਹ ਨਜ਼ਾਰੇ ਲੈ ਰਹੇ ਨੇ ਦੋਏ ਜੀ। ਪੈ ਗਈ ਸਾਡੇ ਪੱਲੇ ਤੂੰ, ਮੈਂ ਤਾਂ ਪਛਤਾ ਰਿਹਾ ਤੈਨੂੰ ਘਰੇ ਰੱਖ ਕੇ। ਮਾਸਟਰ ਜੀ ਉਹ ਆ ਵੀ ਆ ਕਾਲੇ ਲੰਘਿਆ ਲੰਘਿਆ। ਹੋਰ ਠੀਕ ਠਾਕ ਹੋ ਮਾਸਟਰ ਜੀ? ਬਹੁਤ ਵਧੀਆ। ਹੋਰ ਸੁਣਾ, ਚਾਹ ਪੀਂਗਾ ਜਾਂ ਕੋਲਡ ਡਰਿੰਕ ਮੰਗਾਵਾਂ? ਨਾ ਬਾਈ ਪਾਣੀ ਮੰਗਾ ਦੇ ਬਾਈ। ਲਵਪ੍ਰੀਤ ਹਾਂਜੀ ਪਾਣੀ ਲੈ ਕੇ ਆਈ ਯਾਰ? ਹਾਂਜੀ ਲਿਆਉਣੀ ਆ। ਹੋਰ ਬਾਈ ਵਧੀਆ ਨਾ? ਸਭ ਵਧੀਆ ਸਭ ਵਧੀਆ। ਤੂੰ ਦੱਸ ਕਿਵੇਂ ਆਣੇ ਹੋਏ ਅੱਜ? ਬਸ ਆਪਣੇ ਛੋਟੇ ਭਾਈ ਦਾ ਵਿਆਹ ਸੀਗਾ। ਅੱਛਾ, ਮੈਂ ਕਿਹਾ ਚੱਲ ਬਾਈ ਉਹਨਾਂ ਨੂੰ ਕੱਢ ਦਿਆਂ ਮੈਂ ਉੱਧਰ ਆਪਣੇ। ਆ ਲਓ ਬਾਈ ਪਾਣੀ। ਹੋਰ ਠੀਕ ਹੋ ਬਾਈ? ਹਾਂਜੀ ਤੇ ਜਦੋਂ ਘਰ ਚ ਏਦਾਂ ਆਣ ਬਣ ਰਹਿਣ ਲੱਗ ਜੇ ਨਾ, ਫਿਰ ਤਾਂ ਯਾਰ ਇੱਕ ਪਾਸਾ ਕਰਨਾ ਹੀ ਚੰਗਾ ਹੁੰਦਾ। ਉਹ ਤਾਂ ਹੈ ਬਾਈ, ਪਰ ਚਲੋ ਬਾਈ ਬਾਕੀ ਪਰਮਾਤਮਾ ਦੀ ਮਰਜ਼ੀ ਹੈ। ਹੁਣ ਅਸੀਂ ਵੀ ਤਾਂ ਚੱਲ ਦੇਖੋ ਇਕੱਠੇ ਰਹਿ ਰਹੇਗੇ, ਪਰ ਬਾਈ ਇਕੱਠ ਵਰਗੀ ਮੌਜ ਨਹੀਂ ਹੈਗੀ ਬਾਈ। ਚਲੋ ਆਪਾਂ ਵੀ ਕੀ ਗੱਲਾਂ ਲੈ ਕੇ ਬਹਿ ਗਏ ਹੈ, ਤੂੰ ਆਹ ਕਾਰਡ ਫੜ ਬਾਈ, ਪਹੁੰਚੇ ਬਾਈ ਜ਼ਰੂਰ ਹੈ। ਹਾਂ ਹਾਂ ਬਾਈ ਜ਼ਰੂਰ। ਹਾਂ ਬੇਨਤੀ ਹੈ ਬਾਈ ਬਣ ਕੇ ਹੈ, ਜ਼ਰੂਰ ਆਵਾਂ ਬਾਈ ਕਾਲੇ ਯਾਰ। ਕਹੀ ਗੱਲ ਕਰਤੀ ਨੇ, ਕੋਈ ਨਾ ਕੋਈ ਪੂਰੀ ਠਾਠ ਫਾੜ ਨਾਲ ਪਹੁੰਚਾਂਗੇ। ਹਾਂ ਠੀਕ ਹੈ, ਚੰਗਾ ਬਾਈ। ਠੀਕ ਹੈ ਬਾਈ, ਠੀਕ ਹੈ ਜੀ। ਲਵਪ੍ਰੀਤ ਹਾਂਜੀ ਓਏ ਘਰ ਦੀ ਰੋਟੀ ਬਣ ਗਈ, ਲੈ ਲਿਆ ਯਾਰ ਖਾਈਏ ਫਿਰ। ਹਾਂਜੀ ਲਿਆਉਣੀ। ਹੋਰ ਬਾਈ ਠੀਕ ਠਾਕ ਹੋ? ਵਧੀਆ ਬਾਈ ਵਧੀਆ, ਤੂੰ ਦੱਸ ਹੋਰ ਘਰ ਪਰਿਵਾਰ ਠੀਕ ਆ ਸਾਰਾ? ਹਾਂ ਚੜ੍ਹਦੀ ਕਲਾ ਵੀਰੇ ਆਪਣੇ। ਹੋਰ ਬੱਚੇ ਠੀਕ ਨੇ ਬਾਈ? ਸਾਰੇ ਬੱਲੇ ਬੱਲੇ। ਕਿਵੇਂ ਆਉਣਾ ਹੋਇਆ? ਬਾਈ ਆਉਣਾ ਤਾਂ ਆਪਣੇ ਛੋਟੇ ਭਾਈ ਦਾ ਵਿਆਹ ਸੀਗਾ। ਉਹ ਕਿਆ ਬਾਤ ਹੈ, ਮੁਬਾਰਕਾਂ ਫਿਰ ਤਾਂ ਤੈਨੂੰ। ਕਰ ਦਿਆ ਮੈਂ। ਹਾਂ ਧੰਨਵਾਦ ਬਾਈ, ਰੱਬ ਤੁਹਾਨੂੰ ਵੀ ਵਧਾਵੇ ਬਾਈ। ਵਾਹਿਗੁਰੂ ਬਾਈ। ਅੱਛਾ ਛੋਟਾ ਨਹੀਂ ਆਇਆ ਫਿਰ, ਉਹਨੂੰ ਭੇਜ ਦਿੰਦਾ? ਬਾਈ ਛੋਟਾ ਹੋਰ ਕੰਮ ਗਿਆ ਹੋਇਆ ਸੀ, ਤੈਨੂੰ ਪਤਾ ਬਾਈ ਬਾਕੀ ਜ਼ਿੰਮੇਵਾਰੀ ਮੇਰੀਆਂ ਨੇ। ਨਾ ਬਾਈ ਨਾ, ਵਧੀਆ ਗੱਲ ਆ, ਭਾਈ ਉਹ ਭਾਈ ਦੇ ਕੰਮ ਆਉਂਦਾ। ਹਾਂ ਬਾਈ ਹਾਂ। ਆ ਤੂੰ ਸਾਡੀ ਦੇਖ ਲਾ ਹੁਣ ਹਾਲਤ। ਚੱਲ ਬਾਈ ਕੋਈ ਗੱਲ ਨਹੀਂ, ਹੋਇਆ ਤਾਂ ਮਾੜਾ ਵੈਸੇ ਬਾਈ। ਉਹ ਬਥੇਰਾ ਸਮਝਾਇਆ ਸੀ ਕਾਲੇ, ਨਾ ਅੱਡ ਹੋ ਨਾ ਅੱਡ ਹੋ, ਪਰ ਜਨਾਨੀ ਦੇ ਮਗਰ ਲੱਗ ਗਿਆ, ਕੀ ਕਰ ਸਕਦਾ। ਸਮਝਾਇਆ ਸੀ ਬਾਈ। ਹਾਂ ਚੱਲ ਬਾਈ, ਬਾਕੀ ਤਾਂ ਪਰਮਾਤਮਾ ਜਾਣਦਾ ਬਾਈ ਕਿਹਨੇ ਕਿਹਨੂੰ ਕਿੱਥੇ ਰੱਖਣਾ ਗਾ। ਇਹ ਤਾਂ ਹੈ ਬਾਈ, ਉਹਦੇ ਲਿਖਿਆ ਦਾ ਕੌਣ ਢੋ ਸਕਦਾ ਬਾਈ। ਮਾਸਟਰ ਆ ਬਾਈ, ਬੜਾ ਪੜ੍ਹਿਆ ਲਿਖਿਆ ਤੀ, ਗਾਹਾਂ ਜਨਾਨੀ ਵੀ ਪੜ੍ਹੀ ਲਿਖੀ ਤੀ, ਸਾਨੂੰ ਤਾਂ ਅਨਪੜ੍ਹ ਸਮਝਦੇ ਤੇ ਵੀ ਇਹਨਾਂ ਨੂੰ ਕਿਹੜਾ ਕੁਛ ਪਤਾ ਆ। ਖੁਸ਼ੀ ਹੋਈ ਆ ਤੈਨੂੰ ਦੇਖ ਕੇ, ਅੱਜ ਭਾਈ ਦੇ ਫਰਜ਼ ਨਿਭਾਉਂਦਾ ਫਿਰਦਾ। ਨਾ ਕੋਈ ਗੱਲ ਨਹੀਂ ਬਾਈ, ਫਿਰ ਵੱਡਾ ਬਾਈ ਮੈਂ ਕੀ ਕਰਾਂ। ਨਾ ਨਾ ਬਾਈ, ਹਰ ਬਾਈ ਕੰਮ ਕਰ ਮੈਨੂੰ ਦੇਖਣਾ ਪੈਂਦਾ ਹੈਗਾ। ਨਾ ਬਾਈ ਹੱਕ ਬਣਦਾ ਆ, ਜ਼ਰੂਰ ਵੇਲੇ ਹਾਜ਼ਰੀ ਲਵਾਵਾਂਗੇ। ਹੋਰ ਬਾਈ ਲੋੜ ਹੋਈ ਕੋਈ ਦੱਸੀ। ਨਾ ਕੋਈ ਗੱਲ ਨਹੀਂ ਬਾਈ, ਧੰਨਵਾਦ ਬਾਈ, ਤੇ ਬਾਕੀ ਬਾਈ ਸਾਰਾ ਪਰਿਵਾਰ ਪਰਿਵਾਰ ਨੂੰ ਬੇਨਤੀ ਆ ਬਾਈ, ਹੱਥ ਬੰਨ ਕੇ ਜ਼ਰੂਰ ਪਹੁੰਚਿਓ ਬਾਈ। ਉਹ ਨਾ ਨਾ ਬਾਈ, ਕਾਹਦਾ ਪਰਿਵਾਰ ਰਹਿ ਗਿਆ, ਦੋ ਜੀ ਆ, ਪਹੁੰਚਾਂਗੇ ਜ਼ਰੂਰ। ਚਲੋ ਬਾਈ, ਮੈਂ ਉਦੋਂ ਤਾਂ ਕੱਢਦੇ ਆ ਸੀ ਆਪਣੇ ਬਾਈ ਕੋਲ ਨਹੀਂ ਬਾਈ, ਹੁੰਦਾ ਹੱਕ ਤਾਂ ਬਾਈ ਸਾਰੇ ਪਰਿਵਾਰ ਦੀ ਬਣਦਾ। ਨਾ ਨਾ ਕੋਈ ਨਹੀਂ ਬਾਈ, ਠੀਕ ਆ ਬਾਈ, ਧੰਨਵਾਦ। ਹੋਰ ਚਾਹ ਦਾ ਛਕਿਆ ਬਾਈ? ਬਾ ਮਿਹਰਬਾਨੀ ਵੀਰੇ। ਠੀਕ ਆ ਠੀਕ ਆ ਵੀਰੇ। ਉਹ ਲਵਪ੍ਰੀਤ ਆ ਜਾ ਯਾਰ, ਹੁਣ ਕਿੰਨਾ ਟਾਈਮ ਲਾਣਾ ਹੋਰ। ਹਾਂਜੀ ਹਾਂਜੀ ਆ ਗਈ ਬਸ। ਆ ਯਾਰ ਜਲਦੀ ਚੱਲੀਏ ਫਿਰ, ਤੇ ਨਾਲੇ ਮੇਰੀ ਗੱਲ ਸੁਣ, ਬਾਜ਼ਾਰ ਜਾ ਕੇ ਪੂਰੇ ਮਹਿੰਗੇ ਮਹਿੰਗੇ ਕੱਪੜੇ ਲੈ ਕੇ ਆਣੇ ਆਪਾਂ ਨੇ, ਉਹਨਾਂ ਨੂੰ ਵੀ ਪਤਾ ਲੱਗੇ ਕਿ ਅਸੀਂ ਅੱਡ ਹੋ ਕੇ ਕਿੰਨੀ ਐਸ਼ ਕਰਦੇ ਆ। ਠੀਕ ਹੈ ਜੀ, ਮੈਂ ਨਾ ਜੀ 15,000 ਵਾਲੇ 2 ਸੂਟ ਲੈ ਕੇ ਆਉਂਗੀ। ਉਹ ਯਾਰ ਕਿਹੜੀ ਗੱਲ ਕਰਤੀ ਤੂੰ, ਉਹ ਤੂੰ 2 ਛੱਡ, ਤੂੰ 3 ਲੈ ਲਈ। ਸੱਚੀ? ਹਾਂ ਜਿਹੜੇ ਜਿਹੜੇ ਪਸੰਦ ਆਏ ਬਸ ਚੱਕ ਲਈ। ਥੈਂਕ ਯੂ। ਠੀਕ ਆ, ਆ ਚੱਲੀਏ ਫਿਰ। ਮੇਰੀ ਗੱਲ ਸੁਣਿਓ ਜੀ। ਹਾਂ ਦੱਸ। ਮੈਂ ਤਾਂ ਐਂ ਕਹਿੰਦੀ ਸੀ, ਮਸਾਂ ਮਸਾਂ ਤਾਂ ਵਿਆਹ ਆਇਆ, ਮੈਨੂੰ ਇੱਕ ਸੋਹਣਾ ਜਿਹਾ ਸੂਟ ਦਵਾ ਦਿਓ। ਉਹ ਯਾਰ ਕੀ ਕਰਨੇ ਨੇ, ਇੰਨੇ ਤਾਂ ਸੂਟ ਪਏ ਨੇ ਅਲਮਾਰੀ 'ਚ, ਉਹਨਾਂ ਤੋਂ ਪਾਲੀ ਚੱਕ ਕੇ ਕੋਈ ਲੈ। ਓਕੇ, ਇੰਨੇ ਤਾਂ ਸੂਟ ਪਏ ਨੇ, ਉਹ ਸੂਟ ਮੈਂ ਕਿੰਨੇ ਵਾਰੀ ਪਾ ਲਏ ਵਿਆਹਾਂ 'ਚ, ਹੁਣ ਵਾਰੀ ਵਾਰੀ ਉਹੀ ਸੂਟ ਪਾਈ ਜਾਊਂਗੀ। ਉਹ ਚੰਗਾ ਲੈ ਲਈ, ਨਾਲੇ ਮੁੰਡੇ ਵਾਸਤੇ ਵੀ ਲੈਣਾ ਪਊ ਆਪਾਂ ਨੂੰ ਕੋਈ ਨਾ ਕੋਈ। ਵੇ ਪੁੱਤ, ਵਿਆਹ ਹੈ ਭਾਈ, ਇੱਕ ਸੂਟ ਮੈਨੂੰ ਵੀ ਲਿਆ ਦਿਓ। ਉਹ ਮਾਤਾ ਤੈਨੂੰ ਕਿਹਨੇ ਦੇਖਣਾ ਵਿਆਹ 'ਚ, ਤੂੰ ਉਹਨਾਂ 'ਚ ਹੀ ਪਾਲੀ ਚੱਕ ਕੇ ਕੋਈ। ਤੈ ਦੱਸ ਵੇ ਪੁੱਤ, ਐਂ ਕਿਉਂ ਕਰਦਾ, ਲਿਆ ਦੀ ਇੱਕ ਸੂਟ। ਉਹ ਹੱਦ ਹੋ ਰਹੀ ਆ, ਹੁਣ ਇਹਨੂੰ ਦਵਾ ਦੇਣਾ ਇੱਕ ਸੂਟ ਤਾਂ ਕੀ ਕਰਨਾ।
ਤੂੰ ਚੱਕ ਕੇ ਆਉਣਾ ਜੀ ਪਾਲੀ ਕੋਈ ਪੁਰਾਣਾ। ਤੁਸੀਂ ਵੀ ਆਪਦੇ ਵਾਸਤੇ ਕੱਪੜੇ ਲਿਆਇਓ ਜੀ। ਛੱਡ ਮੈਂ ਕੀ ਕਰਨਾ, ਮੇਰੇ ਕੋਲ ਤਾਂ ਵਿਆਹ ਦਾ ਪੈਂਟ ਘੁੱਟ ਪਿਆ, ਮੈਂ ਤਾਂ ਉਹੀ ਸਾਫ਼ ਕਰਾ ਲੂੰ। ਫਿਰ ਮੇਰੇ ਵਾਸਤੇ ਤਾਂ ਸੂਟ ਲੈ ਕੇ ਆਵਾਂਗੇ ਆਪਾਂ ਅੱਜ। ਹਾਂ ਤੂੰ ਇੰਨੇ ਤਿਆਰ ਹੋ, ਇੰਨੇ ਮੈਂ ਆਉਣਾ ਪਿੰਡ 'ਚ ਕੰਮ ਜਾਇਆ ਵਾਂ। ਠੀਕ ਆ, ਮੈਂ ਤੁਹਾਡੇ ਆਉਂਦਿਆਂ ਨੂੰ ਤਿਆਰ ਹੁੰਦੀ ਹਾਂ। ਚੰਗਾ। ਅਮਰੀ ਗੱਲ ਸੁਣਦੀ ਆ? ਹਾਂਜੀ। ਉਹ ਕੱਲ ਨੂੰ ਬਰਾਤ ਆ, ਮੇਰਾ ਪੈਂਟ ਕੋਟ ਭੇਜ ਦਿਓ ਡਰੈਕਲੀਨ ਵਾਸਤੇ। ਕੋਈ ਨਹੀਂ ਜੀ, ਭੇਜ ਦੂੰਗੀ। ਧਿਆਨ ਨਾਲ ਕਹਿ ਦਿਓ ਜਿਹਨੂੰ ਵੀ ਭੇਜੋਗੇ, ਮਹਿੰਗਾ ਪੈਂਟ ਕੋਟ ਆ ਕਿਤੇ ਨਾ ਸਮਰਵਾ ਦੂੰ। ਕੋਈ ਨਹੀਂ, ਮੈਂ ਛੋਟੂ ਨੂੰ ਭੇਜੂਗੀ, ਕਹਿ ਦੂੰਗੀ ਧਿਆਨ ਨਾਲ ਲੈ ਕੇ ਆਈ ਦੇਖ ਕੇ। ਨਾਲੇ ਮੇਰੀ ਗੱਲ ਸੁਣੋ, ਮੈਂ ਨਾ ਪਿੰਡ 'ਚ ਗੇੜਾ ਮਾਰਿਆ ਉਹਨਾਂ ਦੇ ਕੜਾਹੀ ਵਾਲਿਆਂ ਦੇ, ਆਉਂਦਾ ਮੈਂ ਠਹਿਰ ਕੇ। ਤੁਸੀਂ ਜਾ ਆਓ, ਮੈਂ ਤੁਹਾਡੇ ਆਉਂਦੇ ਨੂੰ ਕੱਲ੍ਹ ਦੀ ਤਿਆਰੀ ਕਰ। ਚੰਗਾ। ਓਹੋ, ਫੋਨ ਤਾਂ ਅੰਦਰ ਹੀ ਰਹਿ ਗਿਆ, ਮੈਂ ਛੋਟੂ ਨੂੰ ਫੋਨ ਵੀ ਕਰ ਹੀ ਦੇਵਾਂ। ਕੱਲ ਨੂੰ ਸਾਨੂੰ ਚਾਹੀਦਾ ਟਾਈਮ ਨਾਲ ਫੜਾ ਜੀ, ਚੰਗਾ ਵਿਆਹ ਜਾਣਾ ਸੀ। ਹੈਂ, ਪੈਂਟ ਕੋਟ ਕਿੱਥੇ ਗਿਆ? ਹੁਣੀ ਤਾਂ ਮੈਂ ਰੱਖ ਕੇ ਗਈ ਆ। ਹਾਏ ਹਾਏ, ਨੀ ਤੇਰਾ ਬੈਜੇ ਬੇੜਾ ਬੁੜੀਏ, ਆ ਤੈਨੂੰ ਕਿਹਨੇ ਕਿਹਾ ਸੀ ਬੁੜੀਏ ਪੈਂਟ ਕੋਟ ਧੋਣ ਨੂੰ? ਨੀ ਮੈਂ ਆਖਿਆ ਤੁਸੀਂ ਸਹਿਰ ਇੰਨੇ ਪੈਸੇ ਲਾ ਕੇ ਧਵਾਓਗੇ, ਮੈਂ ਘਰੇ ਧੋ ਦਿੰਨੀ ਆ। ਧੋਦਾ ਮੈਂ ਖਾਂ, ਇਹ ਤਾਂ ਡਰਾਈ ਕਲੀਨ ਕਰਾਉਣਾ ਸੀਗਾ, ਮਾਰ ਮਾਰ ਥਾਪੀਆਂ ਲੱਗ ਗਈ ਧੋਣ ਤੂੰ। ਉਹ ਕੀ ਸਾਰੀ ਦਿਹਾੜੀ ਟੈਂ ਟੈਂ ਕਰੀ, ਉਹਨੂੰ ਕੀ ਹੋ ਗਿਆ? ਕੀ ਹੋ ਗਿਆ? ਤੇਰੀ ਮਾਂ ਨੂੰ ਪੁੱਛ ਲਾ, ਕੀ ਦੇਖ ਲਾ ਪੈਂਟ ਕੋਟ ਦੀ ਜੱਖਣਾ ਪੱਟ ਕੇ ਧਰੀ ਇਹਨੇ। ਉਹ ਤੂੰ ਆ ਕੀ ਕਰਿਆ? ਧੋਣ ਨੂੰ ਕਿਹਨੇ ਕਿਹਾ ਸੀ? ਪੁੱਤ ਧੋਤੇ ਨੇ, ਤੈਨੂੰ ਖੁਸ਼ ਕਰਨ ਵਾਸਤੇ ਧੋਤੇ। ਉਹ ਮਾਤਾ, ਅਸੀਂ ਤਾਂ ਅਸੀਂ ਖੁਸ਼ ਹਾਂ, ਤੈਨੂੰ ਹਜ਼ਾਰ ਵਾਰੀ ਕਿਹਾ ਤੂੰ ਟਿੱਕੇ ਸਾਈਡ 'ਤੇ ਬੈਠਾ ਦਿੰਦਾ ਤੂੰ। ਤੁਹਾਨੂੰ ਬਾਈਏ ਟਿੱਕੇ, ਇਹਨੇ ਤਾਂ ਮੈਨੂੰ ਨਹੀਂ ਜਿਉਣ ਦੇਣਾ ਬਸ। ਇਹ ਤਾਂ ਸਿਆਪਾ ਆਪਣੇ ਗਲ ਪੈ ਗਈ, ਉਹ ਵਧੀਆ ਬਚ ਗਿਆ ਤੂੰ ਛੋਟੜਾ, ਉਹ ਤੂੰ ਬਾਈ ਸਾਈਡ 'ਤੇ ਬੈਠੀ ਰਿਹਾ ਕਰ। ਅੱਗੇ ਤੋਂ ਇਹੀ ਜੀ ਗਲਤੀ ਨਹੀਂ ਹੋਊ। ਗਲਤੀ ਨਹੀਂ ਹੁੰਦੀ, ਉਹ ਇਹ ਸੱਚ ਕਹਿੰਦੀ ਤੀ, ਮੈਨੂੰ ਬਿਰਧਾ ਆਸ਼ਰਮ ਛੱਡਿਆ, ਇਹਨੂੰ ਤਾਂ ਆਸ਼ਰਮ 'ਚ ਛੱਡ ਕੇ ਆਉਣਾ ਸੀ। ਆਸ਼ਰਮ ਦਾ ਨਾਂ ਨਾ ਲਈ, ਮੈਂ ਇੱਕ ਬਸ ਰਹਿ ਲੂੰਗੀ। ਆਸ਼ਰਮ ਦਾ ਨਾਂ ਨਾ ਲਈ, ਹੁਣ ਦੱਸ ਕੱਲ ਨੂੰ ਮੈਂ ਕੀ ਪਾਵਾਂ? ਖੜੀ ਕੀ ਝਾਕੀ ਜਾਨੀ ਆ, ਕੋਈ ਕੰਮ ਸਵਾਰ ਲਾ, ਆ ਤਾਂ ਤੂੰ ਕੰਮ ਕਰਤਾ ਖਰਾਬ, ਜਾ ਜਾ ਕੇ ਭਾਂਡੇ ਮਾਂਜ ਲਾ, ਨਾ ਮਰੇ ਨਾ ਖੈੜਾ ਛੁੱਟੇ।